ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਐਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈੱਟਸ ਦੇ ਉੱਤੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ ਆਲ ਓਵਰ ਕੈਲੀਫੋਰਨੀਆ, ਆਈਫੋਨ, ਐਂਡਰਾਇਡ ਦੀ ਰਾਹੀਂ, ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ, ਜੀ ਆਇਆਂ ਨੂੰ ਤਾਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 24 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਦੱਸਾਂਗੇ ਕੀ ਕੁਛ ਚੱਲ ਰਿਹਾ ਆ ਪੂਰੇ ਅਮਰੀਕਾ ਭਰ ਦੇ ਵਿੱਚ, ਨਾਲ ਵਿਸ਼ਵ ਦੇ ਵਿੱਚ। ਅਤੇ ਅੱਜ ਜਿਹੜੀ ਆ ਤੁਹਾਨੂੰ ਟਰਾਈ ਜਿਹੜੀ ਆ ਦੱਸਾਂਗੇ ਕਰਨ ਦੀ ਕੋਸ਼ਿਸ਼ ਇਮੀਗ੍ਰੇਸ਼ਨ ਦੇ ਬਾਬਤ, ਅਤੇ ਜਿਹੜੀਆਂ ਪ੍ਰੋਪੋਜੀਸ਼ਨਸ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਹੈਗੀਆਂ, ਤਕਰੀਬਨ 10 ਕੁ ਦੇ ਤਕਰੀਬਨ ਪ੍ਰੋਪੋਜੀਸ਼ਨਸ ਜਿਹੜੀਆਂ ਇਸ ਵਾਰ ਹੈਗੀਆਂ, ਜਿਹੜੀਆਂ ਸੂਬਾਈ ਪੱਧਰ ਦੀਆਂ ਆ ਉਹਦੇ ਬਾਰੇ ਜਿਹੜੀਆਂ ਤੁਹਾਨੂੰ ਆਪਾਂ ਜਾਣਕਾਰੀਆਂ ਦੇਵਾਂਗੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਖਾਲਸਾ ਇੰਸ਼ੋਰੈਂਸ ਏਜੰਸੀ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਕੋਲ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਕੇਅਰ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਜਿਹੜਾ ਸਮਾਂ ਆ ਉਹ ਚੱਲ ਰਿਹਾ ਆ। ਉਸ ਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ, 200 ਤੋਂ 1200 ਜਣਿਆਂ ਦੀ ਕਪੈਸਿਟੀ ਵਾਲੇ ਹਾਲ ਨੇ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਸੋਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ, ਅਤੇ ਰੋਟੀ ਕਲੇ ਅਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਹੈ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਲਈ ਪਾਰਟੀ ਦੇ ਲਈ ਜਗ੍ਹਾ ਲੱਭ ਰਹੇ ਹੋ ਤਾਂ ਵੈਕਾਵਿਲ ਵਾਲੇ ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੁਣਾਂ ਨੂੰ ਕਾਲ ਕਰੋ 707-474-7003, 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-9698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਇਹ ਆ ਵੀ ਪ੍ਰੈਜੀਡੈਂਟ ਜਿਹੜੇ ਬਰਾਕ ਓਬਾਮਾ ਆ ਉਹਨਾਂ ਦਾ ਜਿਹੜਾ ਘਰ ਵਾਸ਼ਿੰਗਟਨ DC 'ਚ ਆ, ਅਤੇ ਇਸੇ ਤਰ੍ਹਾਂ ਹਿਲਰੀ ਕਲਿੰਟਨ ਜਿਹੜਾ ਆ ਉਹਨਾਂ ਦੇ ਘਰ ਜੋ ਕਿ ਨਿਊਯਾਰਕ ਦੇ ਵਿੱਚ ਆ, ਉੱਥੇ ਕਹਿੰਦੇ ਵੀ ਐਕਸਪਲੋਸਿਵ ਡਿਵਾਈਸਿਸ ਜਿਹੜੀਆਂ ਆ ਉਹਨਾਂ ਨੂੰ ਮੇਲ ਕੀਤੀਆਂ ਗਈਆਂ ਆ। ਸੋ ਜਿਹੜੀ ਸੀਕਰਟ ਸਰਵਿਸ ਆ ਉਹ ਇਹਦੀ ਜਿਹੜੀ ਆ ਇਨਵੈਸਟੀਗੇਟ ਕਰ ਰਹੀ ਹੈਗੀ ਆ। ਇਸੇ ਤਰ੍ਹਾਂ ਇੱਕ ਬਿਲੀਨੀਅਰ ਜਾਰਜ ਸੋਰੋਸ ਜੋ ਹੈਗਾ ਉਹਦੇ ਘਰ ਵੀ ਜਿਹੜੀ ਇਹ ਮੇਲ ਕੀਤੀ ਗਈ ਹੈਗੀ ਆ। ਸੋ ਪ੍ਰੈਜੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਕਹਿੰਦੇ ਇਹਦੇ ਬਾਰੇ ਅਪਡੇਟ ਕੀਤਾ ਗਿਆ, ਅਤੇ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ ਸਾਰਾ ਸੈਂਡਰਸ ਉਹਨੇ ਕਿਹਾ ਵੀ ਇਹ ਬਹੁਤ ਹੀ ਜਿਹੜੀ ਮੰਦਭਾਗੀ ਗੱਲ ਹੈਗੀ ਆ, ਅਤੇ ਅਸੀਂ ਜਿਹੜੀ ਪੂਰੀ ਤਰ੍ਹਾਂ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ ਕਰਾਂਗੇ। ਬਿਲਕੁਲ, ਇਸ ਟਾਈਮ ਕਾਫੀ ਇਸ ਨੂੰ ਲੈ ਕੇ ਰੌਲਾ ਰੱਪਾ ਆ, ਕਹਿੰਦੇ ਵੀ ਜਿਹੜੀ ਸੀਕਰਟ ਸਰਵਿਸ ਆ ਉਹਨਾਂ ਦੇ ਦੁਆਰਾ ਇਸ ਨੂੰ ਜਿਹੜਾ ਉਹ ਲੱਭਿਆ ਗਿਆ ਵੀ ਇਹ ਇੱਦਾਂ ਜਿਹੜੀ ਆ ਮੇਲ ਇਹਨਾਂ ਨੂੰ ਕੀਤਾ ਗਿਆ, ਅਤੇ ਹੈਲਰੀ ਕਲਿੰਟਨ ਦੇ ਨਿਊਯਾਰਕ ਦੇ ਘਰ ਦੇ ਨਜ਼ਦੀਕ, ਅਤੇ ਇਸੇ ਤਰੀਕੇ ਨਾਲ ਜਿੱਦਾਂ ਤੁਸੀਂ ਦੱਸਿਆ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਦੇ ਨਜ਼ਦੀਕ ਇਹ ਇੱਕ ਸਸਪੀਸ਼ੀਅਸ ਪੈਕੇਜ ਆਇਆ। ਅਤੇ ਨਾਲ ਹੀ ਕਹਿੰਦੇ ਕਿ ਇੱਦਾਂ ਦਾ ਹੀ ਕਥਿਤ ਜਿਹੜਾ ਆ ਧਮਾਕੇ ਜਿਹੜੀ ਵਾਲੀ ਸਮੱਗਰੀ ਆ ਉਹ CNN ਦਾ ਜਿਹੜਾ ਇੱਕ ਹੈੱਡਕੁਆਟਰ ਆ ਨਿਊਯਾਰਕ ਦੇ ਵਿੱਚ ਉੱਥੇ ਵੀ ਆਇਆ, ਜਿਸ ਦੇ ਚੱਲਦਿਆਂ ਉੱਥੋਂ ਜਿਹੜਾ ਆ ਉੱਥੋਂ ਵੈਕੂਏਟ ਕੀਤਾ ਗਿਆ। ਉਸ ਬਿਲਡਿੰਗ ਦੇ ਕਾਫੀ ਫਲੋਰਸ ਦੇ ਉੱਤੇ CNN ਦੇ ਜਿਹੜੇ ਇੰਪਲੋਈਜ਼ ਉੱਥੇ ਕੰਮ ਕਰਦੇ ਆ, ਅਤੇ ਉਹਨਾਂ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਇਹ ਡਿਲੀਵਰ ਕੀਤਾ ਗਿਆ ਸੀ। ਕੁਛ ਦਿਨ ਪਹਿਲਾਂ ਹੀ ਜਿਹੜੇ ਜਿੱਦਾਂ ਤੁਸੀਂ ਦੱਸਿਆ ਜਾਰਜ ਸੋਰਸ ਜਿਹੜਾ ਨਿਊਯਾਰਕ ਦਾ ਹੀ ਹੈਗਾ ਆ ਬਿਲੀਅਨੇਅਰ ਬੰਦਾ ਆ, ਉਸ ਦੇ ਘਰ ਦੇ ਬਾਹਰ ਵੀ ਇੱਦਾਂ ਦਾ ਹੀ ਆ। ਸੋ ਜੇ ਦੇਖਿਆ ਜਾਵੇ ਪੈਟਰਨ ਦੇ ਵਿੱਚ ਵੀ ਜਿਹੜੇ ਵੀ ਲੈਫਟ ਵਿੰਗ ਵਾਲੇ ਆ ਜਾਂ ਜਿਹੜੇ ਲਿਬਰਲ ਨੇ ਜਾਂ ਡੈਮੋਕ੍ਰੇਟ ਪਾਰਟੀ ਦੇ ਨਾਲ ਸੰਬੰਧਿਤ ਆ ਉਹਨਾਂ ਦੇ ਵੱਲ ਇਹ ਜਿਹੜੇ ਧਮਾਕੇ ਵਾਲੀਆਂ ਜਿਹੜੀ ਸਮੱਗਰੀ ਆ ਉਹ ਉੱਧਰ ਘੱਲੀ ਗਈ ਆ। ਕੌਣ ਇਸ ਦੇ ਪਿੱਛੇ ਆ, ਕਿਵੇਂ ਆ, ਇਸ ਦੇ ਬਾਰੇ ਜਾਣਕਾਰੀ ਜਿਹੜੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਲੱਗੂਗੀ। ਪੂਰੀ ਫੈਡਰਲ ਜਿਹੜੀ FBI ਆ ਅਤੇ ਬਾਕੀ ਆ ATF ਵਾਲੇ ਆ ਜਿਹੜੇ ਉਹ ਇਸ ਚੀਜ਼ ਦੇ ਪਿੱਛੇ ਹੁਣ ਲੱਗੇ ਹੋਏ ਆ ਵੀ ਕਿੱਧਰੋਂ ਆਇਆ ਅਤੇ ਕਿੰਨੇ ਜਿਹੜਾ ਆ ਇਹ ਘਿਨਾਉਣਾ ਕੰਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਜਿੱਦਾਂ ਦੱਸਿਆ ਹੀ ਆ ਜਿਹੜੇ ਸੈਂਡਰਸ ਹੈਗੇ ਨੇ ਪ੍ਰੈਸ ਸੈਕਰੇਟਰੀ, ਉਹਨਾਂ ਨੇ ਇਸ ਚੀਜ਼ ਦੀ ਪੂਰੀ
ਕੜੀ ਨਿੰਦਾ ਜਿਹੜੀ ਕੀਤੀ ਉਹ ਕਹਿੰਦੇ ਵੀ ਬੜਾ ਇੱਕ ਡਰਪੋਕ ਬੰਦੇ ਦਾ ਜਿਹੜਾ ਇਹ ਕੰਮ ਆ ਸੋ ਇਹ ਹੁਣ ਪਤਾ ਲਾਉਣ ਦੀ ਕੋਸ਼ਿਸ਼ ਚੱਲ ਰਹੀ ਆ ਵੀ ਕਿਹਦੇ ਪਿੱਛੇ ਜਿਹੜਾ ਆ ਇਹ ਕਿਹਦੇ ਕਿਹਦਾ ਇਸ ਦੇ ਪਿੱਛੇ ਜਿਹੜਾ ਹੱਥ ਹੈਗਾ ਆ ਜੇ ਕਹਿੰਦੇ ਜੇ ਸੋਰਸ ਬਾਰੇ ਦੱਸ ਦਈਏ 88 ਸਾਲਾਂ ਦੀ ਉੱਦਾਂ ਇਹਦੀ ਉਮਰ ਆ ਅਤੇ ਹੋਲੋਕੋਸਟ ਸਰਵਾਈਵਰ ਆ ਜਦੋਂ ਜਿਊਜ਼ ਨੂੰ ਉੱਥੇ ਲੱਭ ਲੱਭ ਕੇ ਜਰਮਨੀ ਦੇ ਵਿੱਚ ਹਿਟਲਰ ਅਤੇ ਉਸਦੇ ਸਾਥੀਆਂ ਦੇ ਦੁਆਰਾ ਉਹਨਾਂ ਨੂੰ ਉੱਥੇ ਮਾਰਿਆ ਮਕਾਇਆ ਜਾ ਰਿਹਾ ਸੀਗਾ ਅਤੇ ਉਸ ਟਾਈਮ ਦਾ ਇਹ ਬਚਿਆ ਹੋਇਆ ਅਤੇ ਇਹ ਲਿਬਰਲ ਫਿਲੈਂਥਰੋਪਿਸਟ ਹੈਗਾ ਆ ਸੋ ਜਿੱਦਾਂ ਮੈਂ ਦੱਸਿਆ ਵੀ ਇਹ ਉਹਨਾਂ ਦੇ ਵੱਲ ਨੂੰ ਇਸ਼ਾਰਾ ਆ ਸੋ ਆਪਾਂ ਜਿੱਦਾਂ ਕੱਲ੍ਹ ਦੇਖ ਰਹੇ ਸੀ ਹਰਜੋਤ ਸਿੰਘ ਜੀ ਵੀ ਜੀ ਓ ਪੀ ਨੂੰ ਇੱਕ ਟਾਕਿੰਗ ਪੁਆਇੰਟ ਸੀਗਾ ਕਾਰਵਾਂ ਦਾ ਅਤੇ ਇਹ ਇੱਕ ਕਿਸੇ ਨੇ ਬਹੁਤ ਘਿਨਾਉਣੀ ਕੰਮ ਜਿਹੜਾ ਇਹ ਕੀਤਾ ਆ ਇਸ ਦੇ ਨਾਲ ਕਾਫੀ ਜਿਹੜੀ ਇਸ ਟਾਈਮ ਚਰਚਾਵਾਂ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਛਿੜੀਆਂ ਹੋਈਆਂ ਆ ਐਫ ਬੀ ਆਈ ਪੂਰੀ ਸ਼ਿੱਦਤ ਦੇ ਨਾਲ ਇਸ ਦੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਨੇ ਜੀ ਸੋ ਸਰੋਤਿਆਂ ਦੱਸਦੇ ਜਾਈਏ ਕਹਿੰਦੇ ਵੀ ਜਿੰਨੇ ਵੀ ਇਹ ਮੇਲ ਰਾਹੀਂ ਭੇਜੇ ਗਏ ਸੀ ਐਕਸਕਲੂਸਿਵ ਡਿਵਾਈਸ ਇਹ ਕਿਤੇ ਵੀ ਨਾ ਹੀ ਤਾਂ ਹਿਲਰੀ ਕਲਿੰਟਨ ਦੇ ਘਰ ਪਹੁੰਚੇ ਨਾ ਹੀ ਪ੍ਰੈਜੀਡੈਂਟ ਬਰਾਕ ਓਬਾਮਾ ਦੇ ਅਤੇ ਪਰ ਜਿਹੜੇ ਮੇਲਰ ਹੁੰਦੇ ਜਿਹੜੇ ਮੇਲ ਦਾ ਕੰਮ ਕਰਦੇ ਆ ਪੋਸਟ ਆਫਿਸ 'ਚ ਉਹਨਾਂ ਨੇ ਕਿਉਂਕਿ ਐਡਰੈਸ ਤੋਂ ਪਹਿਲਾਂ ਹੀ ਜਿਹੜਾ ਆ ਉਹ ਸਕਰੀਨ ਕਰ ਲਿਆ ਸੀ ਸੋ ਇਸ ਕਰਕੇ ਉਹਨਾਂ ਦੇ ਘਰ ਤੱਕ ਨਹੀਂ ਪਹੁੰਚੇ ਪਰ ਕਿਸੇ ਵੱਲੋਂ ਜਿਹੜੀ ਆ ਇਹ ਕੋਸ਼ਿਸ਼ ਜਿਹੜੀ ਆ ਬਹੁਤ ਮਾੜੀ ਕੀਤੀ ਗਈ ਹੈਗੀ ਆ ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ ਵੀ ਕਾਫੀ ਕੁਛ ਜਿਹੜਾ ਰੋਲ ਰੱਪਾ ਚੱਲ ਰਿਹਾ ਆ ਜਿਹੜਾ ਅਮੈਰੀਕਾ ਅਤੇ ਰਸ਼ੀਆ ਦੇ ਦਰਮਿਆਨ ਜਿਹੜੀ ਇੱਕ ਪਰਮਾਣੂ ਸੰਧੀ ਸੀਗੀ ਵੀ ਉਸ ਦੇ ਵਿੱਚੋਂ ਜਿਹੜੇ ਬਾਹਰ ਨਿਕਲਣ ਦੇ ਉੱਤੇ ਨਾਲ ਹੀ ਜਿਹੜੀ ਇੱਕ ਹੋਰ ਕਿਆਸ ਰਹੀਆਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਵੀ ਕਹਿੰਦੇ ਰਾਸ਼ਟਰਪਤੀ ਟਰੰਪ ਅਤੇ ਵਲਾਦੀਮਿਰ ਪੁਤਿਨ ਦੀ ਇੱਕ ਹੋਰ ਮੀਟਿੰਗ ਜਿਹੜੀ ਆ ਉਹ ਦੁਬਾਰਾ ਹੋ ਸਕਦੀ ਆ ਸੋ ਇਹ ਦੇਖਦੇ ਹਾਂ ਕੀ ਹੋਊਗਾ ਉੱਧਰ ਰੀਸੈਂਟਲੀ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਆ ਉਹ ਕ੍ਰੈਮਲਿਨ ਦੇ ਵਿੱਚ ਗਏ ਹੋਏ ਸੀ ਵਲਾਦੀਮਿਰ ਪੁਤਿਨ ਦੇ ਨਾਲ ਜਿਹੜੀ ਆ ਉਹਨਾਂ ਦੀ ਖੁਦ ਦੀ ਜਿਹੜੀ ਆ ਉਹ ਮੁਲਾਕਾਤ ਹੋਈ ਆ ਜੇ ਤਾਂ ਅਮਰੀਕਾ ਇਸ ਸੰਧੀ ਦੇ ਵਿੱਚੋਂ ਬਾਹਰ ਆਉਂਦਾ ਆ ਤਾਂ ਰਸ਼ੀਆ ਨੂੰ ਤਾਂ ਜਿਹੜਾ ਇਸ ਦੇ ਵਿੱਚ ਡੈਫੀਨੇਟਲੀ ਫਾਇਦਾ ਹੀ ਆ ਕਿਉਂਕਿ ਫਿਰ ਉਹ ਆਪਣਾ ਜਿਹੜਾ ਪਰਮਾਣੂ ਹਥਿਆਰ ਨੂੰ ਅੱਗੇ ਤੇਜ਼ ਕਰਨ ਵਾਲਾ ਕੰਮ ਆ ਉਹ ਬਗੈਰ ਕਿਸੇ ਰੋਕ ਟੋਕ ਤੋਂ ਜਿਹੜਾ ਆ ਉਹ ਕਰ ਸਕਣਗੇ ਅਤੇ ਅਮੈਰੀਕਾ ਦੇ ਜਿਹੜੇ ਆਪਣੇ ਇਸ ਟਾਈਮ ਲੀਡਰ ਨੇ ਪ੍ਰੈਜੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਰਸ਼ੀਆ ਨੇ ਹੁਣ ਤੱਕ ਕਈ ਵਾਰੀ ਉਸ ਸੰਧੀ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਆ ਜਿਸ ਕਰਕੇ ਅਸੀਂ ਇਸ ਸੰਧੀ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਕਹਿੰਦੇ ਇੱਕ ਬੇਫਜ਼ੂਲ ਜਿਹੜੀ ਇੱਕ ਹਿਸਾਬ ਦੇ ਨਾਲ ਸੰਧੀ ਹੈਗੀ ਆ ਆਪਾਂ ਦੱਸਿਆ ਵੀ ਸੀਗਾ ਵੀ ਸੋਵੀਅਤ ਦੇ ਜਿਹੜੇ ਪ੍ਰੈਜੀਡੈਂਟ ਗਰਬਾਚੋਵ ਜਿਹੜੇ ਆ ਉਹਨਾਂ ਨੇ ਇਸ ਚੀਜ਼ ਦੇ ਉਲਟ ਕਿਹਾ ਸੀਗਾ ਵੀ ਇਹ ਸੰਧੀ 'ਚੋਂ ਬਾਹਰ ਨਹੀਂ ਆਉਣਾ ਚਾਹੀਦਾ ਇੱਕ ਹਿਸਾਬ ਦੇ ਨਾਲ ਵਲਾਦੀਮਿਰ ਪੁਤਿਨ ਨੂੰ ਫਿਰ ਫਰੀ ਹੈਂਡ ਜਿਹੜਾ ਆ ਉਹ ਮਿਲ ਜਾਊਗਾ ਜੀ ਸੋ ਬਿਲਕੁਲ ਜਿਹੜੇ ਹੁਣ ਕ੍ਰੈਮਲਿਨ ਤੋਂ ਜਿਹੜੀ ਆ ਨਿਊਜ਼ ਆ ਰਹੀ ਆ ਉਹ ਕਹਿੰਦੇ ਵੀ ਜਿਹੜਾ ਯੂਨਾਈਟਿਡ ਸਟੇਟਸ ਆ ਆਪਣਾ ਨਵਾਂ ਜਿਹੜਾ ਮਿਸਲ ਸਿਸਟਮ ਬਣਾਉਣ ਜਾ ਰਿਹਾ ਆ ਉਹ ਇੱਕ ਤਰ੍ਹਾਂ ਨਾਲ ਬਹੁਤ ਹੀ ਖਤਰਨਾਕ ਹੈਗਾ ਆ ਸੋ ਯੂ ਐੱਸ ਨੇ ਇਹ ਕਿਹਾ ਆ ਵੀ ਅਸੀਂ ਆਪਣੇ ਆਪ ਨੂੰ ਆਪ ਹੀ ਜਿਹੜਾ ਪ੍ਰੋਟੈਕਟ ਕਰਾਂਗੇ ਅਤੇ ਨਾਲ ਹੀ ਇਹਨਾਂ ਨੇ ਇਹ ਕਿਹਾ ਵੀ ਜਿਹੜੇ ਹੋਰ ਮੁਲਕ ਹੈਗੇ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨਸ ਆ ਉਹਨਾਂ ਨੂੰ ਵੀ ਜਿਹੜਾ ਇਹ ਸੋਚਣਾ ਚਾਹੀਦਾ ਹੈਗਾ ਆ ਕਿਉਂਕਿ ਕਹਿੰਦੇ ਵੀ ਬਹੁਤ ਜਗ੍ਹਾ ਜਿਹੜੀਆਂ ਵਾਇਲੇਸ਼ਨਸ ਹੋ ਰਹੀਆਂ ਜਿਸ ਤਰ੍ਹਾਂ ਰਸ਼ੀਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਵੀ ਈਵਨ ਦੋ ਸਾਡੀ ਟ੍ਰੀਟੀ ਸੀ ਪਰ ਕਈ ਜਗ੍ਹਾ 'ਤੇ ਰਸ਼ੀਆ ਨੇ ਇਹ ਜਿਹੜੀਆਂ ਵਾਇਲੇਸ਼ਨਸ ਕੀਤੀਆਂ ਹੈਗੀਆਂ ਆ ਜਿਹੜੇ ਰਸ਼ੀਆ ਦੇ ਪ੍ਰੈਜੀਡੈਂਟ ਗੋਰਬਾਚੋਵ ਜਿਹੜੇ ਜੋ ਕਿ ਅੱਜ ਕੱਲ੍ਹ ਸੈਨ ਫਰਾਂਸਿਸਕੋ 'ਚ ਰਹਿੰਦੇ ਆ ਉਹ ਤਾਂ ਤੁਸੀਂ ਦੱਸਿਆ ਹੀ ਆ ਵੀ ਉਹ ਵੀ ਅਪਸੈਟ ਆ ਕਹਿੰਦੇ ਵੀ ਨਹੀਂ ਟ੍ਰੀਟੀ ਨੂੰ ਸਾਨੂੰ ਰੱਖਣਾ ਚਾਹੀਦਾ ਸੀ ਇਹਦੇ ਨਾਲ ਜਿਹੜੀ ਦੁਨੀਆ ਆ ਉਹ ਸੇਫ ਹੈਗੀ ਆ ਪਰ ਇੱਕ ਤਰ੍ਹਾਂ ਨਾਲ ਯੂ ਐੱਸ ਨੇ ਹੁਣ ਉਸ ਟ੍ਰੀਟੀ ਨੂੰ ਤੋੜਨ ਅਤੇ ਆਪਣਾ ਜਿਹੜਾ ਮਿਸਲ ਸਿਸਟਮ ਹੋਰ ਵਧਾਉਣ ਦੇ ਕਾਰਨ ਹੁਣ ਕਹਿੰਦੇ ਹੋ ਸਕਦਾ ਵੀ ਜਿਹੜੀ ਨਿਊਕਲੀਅਰ ਰੇਸ ਆ ਇਹ ਹੋਰ ਜ਼ਿਆਦਾ ਵੱਧ ਜਾਵੇ ਬਿਲਕੁਲ ਦੇਖੋ ਇਹ ਹੁਣ ਅਮਰੀਕਾ ਵਾਲੇ ਉਹਨਾਂ ਨੂੰ ਦੋਸ਼ ਦੇਈ ਜਾਂਦੇ ਆ ਕ੍ਰੈਮਲਿਨ ਵਾਲੇ ਜਿਹੜੇ ਰੂਸ ਵਾਲੇ ਅਮਰੀਕਾ ਨੂੰ ਦੋਸ਼ ਦੇਈ ਜਾਂਦੇ ਆ ਹੁਣ ਇਹ ਦੋਨੋਂ ਮੁਲਕ ਤਾਂ ਆਪ ਦੇਖੋ ਮਿਜ਼ਾਈਲਾਂ ਵੀ ਬਣਾਈ ਜਾਂਦੇ ਸਾਰਾ ਕੁਛ ਕਰੀ ਜਾਂਦੇ ਉੱਦਾਂ ਸੋਚਣ ਵਾਲੀ ਗੱਲ ਹੀ ਆ ਸਾਰਿਆਂ ਵਾਸਤੇ ਹੀ ਵੀ ਬਾਕੀ ਕਿਸੇ ਹੋਰ ਮੁਲਕ ਨੂੰ ਜਿਹੜਾ ਆ ਉਹ ਨਹੀਂ ਬਣਾਉਣ ਦੇਣਾ ਚਾਹੁੰਦੇ ਅਤੇ ਉਹ ਬਾਕੀਆਂ ਨੂੰ ਕਹਿੰਦੇ ਆ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਸ਼ਟ ਕਰੋ ਇਸ ਦੇ ਪਿੱਛੇ ਦਾਵਾ ਇਹ ਹਰਜੋਤ ਸਿੰਘ ਜੀ ਠੋਕਿਆ ਜਾਂਦਾ ਆ ਇਹ ਕਹਿੰਦੇ ਨੇ ਵੀ ਜਿਹੜੇ ਖਾਸ ਕਰਕੇ ਜਾਂ ਨੌਰਥ ਕੋਰੀਆ ਜਾਂ ਈਰਾਨ ਜੇ ਅਜਿਹੇ ਮੁਲਕਾਂ ਦੇ ਕੋਲ ਇੱਦਾਂ ਪਰਮਾਣੂ ਹਥਿਆਰ ਆਉਣਗੇ ਤਾਂ ਉਹਨਾਂ ਦੇ ਕੋਲ ਕੈਪੇਬਿਲਿਟੀ ਹੈ ਨਹੀਂ ਸੋਚ ਸਮਝ ਕੇ ਜਿਹੜੇ ਉਸ ਨੂੰ ਵਰਤਣ ਦੀ ਅਤੇ ਉਹ ਕਿਸੇ ਵੀ ਟਾਈਮ ਦੁਨੀਆ ਦਾ ਨੁਕਸਾਨ ਜਿਹੜੇ ਆ ਉਹ ਕਰ ਸਕਦੇ ਆ ਪਰ ਅਫਸੋਸ ਵਾਲੀ ਗੱਲ ਹੁਣ ਤੱਕ ਜਿਹੜਾ ਵੀ ਨਿਊਕਲੀਅਰ
ਐਟੋਮਿਕ ਬੰਬ ਜਿਹੜਾ ਵਰਤਿਆ ਗਿਆ ਆ ਉਹ ਅਮਰੀਕਾ ਦੇ ਦੁਆਰਾ ਹੀ ਜਪਾਨ ਦੇ ਉੱਤੇ ਵਰਤਿਆ ਗਿਆ ਸੀਗਾ ਜੀ। ਸੋ ਬਿਲਕੁਲ ਅਗਲੇ ਮਹੀਨੇ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਵਲਾਡੀਮੀਰ ਪੁਟਨ ਉਹਨਾਂ ਦੀ ਮੀਟਿੰਗ ਪੈਰਿਸ ਦੇ ਵਿੱਚ ਹੋ ਸਕਦੀ ਹੈਗੀ ਆ। ਇਹ ਸਾਰਾ ਕੁਝ ਜਿਹੜਾ ਮਾਮਲਾ ਗਰਮਾਇਆ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਸੀ ਵੀ ਇਹ ਬੋਲਟਨ ਜਦੋਂ ਤੋਂ ਜਿਹੜਾ ਬਣਿਆ ਹੈਗਾ ਪ੍ਰੈਜ਼ੀਡੈਂਟ ਦਾ ਐਡਵਾਈਜ਼ਰ ਉਦੋਂ ਤੋਂ ਜਿਹੜਾ ਡਿਫੈਂਸ ਵਾਲਾ ਜਿਹੜਾ ਮਾਮਲਾ ਹੈ ਕਾਫੀ ਗਰਮਾਇਆ ਆ। ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੇ ਉਹੀ ਬੋਲਟਨ ਜੋ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਦੇ ਟਾਈਮ ਤੇ ਵੀ ਸੀਗੇ ਤੇ ਉਹਨਾਂ ਨੇ ਉਹ ਕਹਿੰਦੇ ਸੀਗੇ ਵੀ ਚਲੋ ਇਰਾਕ ਦੇ ਉੱਤੇ ਚੜ੍ਹਾਈ ਕਰੀਏ ਜੀ। ਬਿਲਕੁਲ ਸੋ ਕਾਫੀ ਉਸ ਚੀਜ਼ ਦੇ ਹਮਾਇਤੀ ਹੈਗੇ ਨੇ। UN ਦੇ ਲਈ ਅੰਬੈਸਡਰ ਵੀ ਜਿਹੜੇ ਇਹ ਰਹਿ ਚੁੱਕੇ ਨੇ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕਹਿੰਦੇ ਸਾਊਥ ਕੈਰੋਲੀਨਾ ਤੋਂ ਜਿਹੜੇ ਇੱਕ ਬੰਦਾ ਆ ਉਹ ਰਾਤ ਨੂੰ ਸੁੱਤਾ ਤੇ ਆ ਪਰ ਕਹਿੰਦੇ ਹੁਣ ਸਵੇਰੇ ਉਹ ਬਿਲੀਅਨੇਅਰ ਹੋ ਕੇ ਜਿਹੜਾ ਆ ਉਹ ਕਹਿੰਦੇ ਉੱਠੂਗਾ। ਕੱਲ੍ਹ ਜਿਹੜੀ ਮੈਗਾ ਮਿਲੀਅਨ ਸੀਗੀ ਸਾਊਥ ਕੈਰੋਲੀਨਾ ਦੇ ਵਿੱਚ ਉਹ ਸੈੱਲ ਹੋਈ ਆ। ਸੋ ਕਿਸੇ ਦੀ ਜਿਹੜੀ ਤਕਦੀਰ ਜਿਹੜੀ ਆ ਇਸ ਹਿਸਾਬ ਦੇ ਨਾਲ ਜਿਹੜੀ ਜ਼ਰੂਰ ਬਦਲ ਚੁੱਕੀ ਆ। ਪਿਛਲੀ ਵਾਰੀ 2016 'ਚ ਜਦੋਂ ਇੰਨੇ ਕਿ ਰਕਮ ਦੀ ਬਣੀ ਸੀਗੀ ਮੈਗਾ ਮਿਲੀਅਨ ਬਣੀ ਸੀਗੀ ਤਾਂ ਉਦੋਂ 3 ਜਾਣਿਆਂ ਦੇ ਵਿੱਚ ਜਿਹੜੀ ਇਹ ਵੰਡੀ ਗਈ ਸੀ ਪਰ ਇਸ ਵਾਰੀ ਇਹ ਜਿਹੜਾ ਜੈਕਪੋਟ ਆ ਸਾਊਥ ਕੈਰੋਲੀਨਾ ਦੇ ਕਿਸੇ ਇੱਕ ਕਿਸੇ ਲੋਕ ਕੋਲ ਦੇ ਕੋਲ ਆਇਆ। ਹੁਣ ਇਹ ਨਹੀਂ ਪਤਾ ਵੀ ਉਹ ਬੰਦੇ ਨੇ ਇਕੱਲਾ ਬਾਏ ਕੀਤੀ ਸੀ ਇੱਕ ਟਿਕਟ ਜਾਂ ਜਿੱਦਾਂ ਪਿਛਲੇ ਵਾਰੀ ਵੈਲਸ ਫਾਰਗੋ ਵਾਲਿਆਂ ਨੇ ਇੱਥੋਂ ਅਰਨੀ ਲਿੰਕਰ ਤੋਂ ਬਾਏ ਕੀਤੀ ਸੀ 500 ਬਿਲੀਅਨ ਵਾਲੀ ਉਸ ਹਿਸਾਬ ਦੇ ਨਾਲ ਆ। ਸੋ ਲਮਸਮ ਕਹਿੰਦੇ ਆ ਵੀ ਜੇ ਜਦੋਂ ਹੁਣ ਸਭ ਤੋਂ ਵੱਡੀ ਗੱਲ ਆ ਵੀ ਜਦੋਂ ਇੰਨੀ ਵੱਡੀ ਰਕਮ ਤੁਸੀਂ ਜਿੱਤ ਜਾਂਦੇ ਹੋ ਤਾਂ ਇਸ ਨੂੰ ਅਪਰੋਚ ਜਿਹੜਾ ਆ ਉਹ ਕਿੱਦਾਂ ਕਰਨਾ ਆ। ਅਤੇ ਜਿਹੜੀ ਲੋਟਰੀ ਵਾਲੇ ਉਹ ਕਹਿੰਦੇ ਆ ਵੀ ਜਿਸ ਬੰਦੇ ਨੇ ਵੀ ਜਿੱਤੀ ਆ ਉਹਨੂੰ ਅਸੀਂ ਇਹੀ ਕਹਿੰਦੇ ਹਾਂ ਵੀ ਭਾਈ ਪਿੱਛੇ ਸਾਈਨ ਕਰ ਲਾ ਅਤੇ ਚੁੱਪ ਚਾਪ ਅਜੇ ਬੈਠਾ ਰਹਿ, ਕੋਈ ਤੈਨੂੰ ਅਜੇ ਅੱਗੇ ਆਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ, ਆਰਾਮ ਦੇ ਨਾਲ ਥੋੜ੍ਹਾ ਮਾਹੌਲ ਨੂੰ ਜਿਹੜਾ ਠੰਡਾ ਹੋਣ ਦੇਵੇ। ਸਾਊਥ ਕੈਰੋਲੀਨਾ ਕਹਿੰਦੇ ਇੱਕ ਘੱਟ ਹੀ ਅਜਿਹੇ ਸੂਬੇ ਨੇ ਅਮੈਰੀਕਾ ਦੇ ਵਿੱਚ ਜਿੱਥੇ ਅਨੋਨਮਸਲੀ ਤੁਸੀਂ ਆਪਣੀ ਜਿਹੜੀ ਜਿੱਤ ਆ ਉਸ ਨੂੰ ਘੋਸ਼ਿਤ ਕਰ ਸਕਦੇ ਹੋ, ਨਹੀਂ ਤਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਜੇ ਤੁਸੀਂ 10 ਵੀ ਜਿੱਤਦੇ ਹੋ ਤਾਂ ਚਾਹੇ ਮਿਲੀਅਨ ਵੀ ਅਤੇ ਜਾਂ ਹੋਰ ਜਿੰਨੇ ਮਰਜ਼ੀ ਵੀ ਜਿਹੜੇ ਉਹ ਜਿੱਤਦੇ ਹੋ ਉਹਦੇ ਲਈ ਤੁਹਾਨੂੰ ਖੁਦ ਜਿਹੜਾ ਉਹ ਸਾਹਮਣੇ ਆਉਣਾ ਪੈਂਦਾ ਆ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈ। ਅਤੇ ਇਸ ਤਕਰੀਬਨ $1.5 ਬਿਲੀਅਨ ਦਾ ਜਿਹੜਾ ਲਮਸਮ ਅਮਾਊਂਟ 900 ਮਿਲੀਅਨ ਜਿਹੜਾ ਹੋਊਗਾ, 37% ਜਿਹੜਾ ਇਸ ਦੇ ਉੱਤੇ ਫੈਡਰਲ ਟੈਕਸ ਲੱਗੂਗਾ, 7% ਇਸ ਦੇ ਉੱਤੇ ਸਾਊਥ ਕੈਰੋਲੀਨਾ ਦਾ ਟੈਕਸ ਲੱਗੂਗਾ ਅਤੇ ਕੱਟ ਕਟਾ ਕੇ ਕੋ $500 ਮਿਲੀਅਨ ਜਿਹੜਾ ਡਾਲਰ ਆ ਇਸ ਨੂੰ ਇਹ ਮਿਲੇਗਾ। ਸੋ ਤਾਂ ਵੀ ਜਿਹੜਾ ਆ ਉਹ ਕੋਈ ਇਸ ਦੇ ਵਿੱਚ ਮਾੜੀ ਗੱਲ ਨਹੀਂ ਹੈਗੀ, ਮਾਈਨਸ ਟੈਕਸਿਸ ਜਿਹੜੇ ਉਹ ਕਰਕੇ ਅਤੇ 29 ਸਾਲ ਤੱਕ ਹਰ ਸਾਲ ਜਿਹੜਾ ਇਸ ਨੂੰ ਕੁਛ ਮਿਲੀਅਨ ਡਾਲਰ ਐਵਰੀ ਈਅਰ ਜਿਹੜੇ ਆ ਉਹ ਇਹਦੇ ਕੋਲ ਆਉਂਦੇ ਰਹਿਣਗੇ। ਸੋ ਜੇ ਦੱਸ ਦਈਏ ਕਹਿੰਦੇ 5 ਲਾਰਜੈਸਟ ਮੈਗਾ ਮਿਲੀਅਨ ਜੈਕਪੋਟ US ਦੀ ਹਿਸਟਰੀ 'ਚ 1 ਅਕਤੂਬਰ 23 ਜਿਹੜਾ ਹੁਣ ਸੀਗਾ ਇਹ 2018 ਸੀਗਾ 1.537 ਬਿਲੀਅਨ ਦਾ ਸੀ। ਇਹ ਤੋਂ ਪਹਿਲਾਂ 30 March 2012 ਦੇ ਵਿੱਚ ਜਿਹੜਾ 656 ਮਿਲੀਅਨ ਦਾ ਸੀ, 17 December 2013 'ਚ 648 ਮਿਲੀਅਨ ਅਤੇ 24 July 2018 ਦੇ ਵਿੱਚ 543 ਮਿਲੀਅਨ ਅਤੇ 8 July 2016 'ਚ 536 ਮਿਲੀਅਨ। ਸੋ ਇਸ ਸਾਲ 'ਚ 2 ਬਹੁਤ ਵੱਡੇ ਜਿਹੜੇ ਜੈਕਪੋਟ ਜਿਹੜੇ ਲੋਟੋ ਦੇ ਸੀਗੇ ਜੀ। ਬਿਲਕੁਲ, ਸੋ ਕਿਸੇ ਨਾ ਕਿਸੇ ਦੀ ਤਾਂ ਜਿਹੜੀ ਤਕਦੀਰ ਆ ਪੂਰੀ ਤਰ੍ਹਾਂ ਰਾਤੋ ਰਾਤ ਹੀ ਜਿਹੜੀ ਆ ਉਹ ਬਦਲ ਚੁੱਕੀ ਹੋਈ ਆ। ਯਾ ਸੋ ਲੈਟਸ ਸੀ, ਸਟੋਰਾਂ ਵਾਲਿਆਂ ਦੀ ਵੀ ਕਾਫੀ ਚੰਦੀ ਹੋਈ ਆ, ਜਿਹੜੇ ਸਟੋਰ ਲੋਟੋ ਵੇਚਦੇ ਆ ਉਹ ਵੀ ਬਹੁਤ ਬਿਜ਼ੀ ਸੀਗੇ, ਉਹਨਾਂ ਨੂੰ ਵੀ ਜਿਹੜਾ ਕਮਿਸ਼ਨ ਮਿਲਦਾ ਹੈ। ਬਿਲਕੁਲ ਮਿਲਦਾ ਤਾਂ ਹੈਗਾ ਆ, ਮੈਂ ਦੇਖ ਰਿਹਾ ਸੀਗਾ ਟੈਕਸਸ ਦੇ ਵਿੱਚ ਕਹਿੰਦੇ ਇੰਨਾ ਜਿਹੜਾ ਹੜਕੰਪ ਮਚਿਆ ਸੀਗਾ ਐਵਰੀ ਜਿਹੜੇ ਆ ਨਾ 1-1 ਘੰਟੇ ਦੇ ਵਿੱਚ ਜਿਉਂ ਜਿਉਂ ਲੋਟੋ ਦੇ ਜਿਹੜੀ ਆ ਉਹ ਨਜ਼ਦੀਕ ਆ ਰਹੀ ਸੀ ਇਹ ਨੰਬਰਸ ਨਿਕਲਣ ਦੀ ਤਾਂ 4-5 ਮਿਲੀਅਨ ਪਰ ਆਵਰ ਜਿਹੜੇ ਉੱਥੇ ਜਿਹੜੀ ਮੈਗਾ ਮਿਲੀਅਨ ਦੀਆਂ ਟਿਕਟਾਂ ਦੀ ਸੇਲ ਜਿਹੜੀ ਆ ਉੱਥੇ ਹੋ ਰਹੀ ਸੀ, ਹੋਰ ਵੀ ਕਈ ਸੂਬਿਆਂ ਦੇ ਵਿੱਚ ਇੱਦਾਂ ਸੀ। ਸੋ ਜੇ ਇਨ ਦੀ ਐਂਡ ਦੇਖਿਆ ਜਾਵੇ ਮੈਗਾ ਮਿਲੀਅਨ ਤਾਂ ਚਲੋ ਇੱਕ ਬੰਦੇ ਨੂੰ ਮਿਲਿਆ ਪਰ ਇਨ ਦੀ ਐਂਡ ਮੈਗਾ ਮਿਲੀਅਨ ਜਿਹੜੀ ਲੋਟਰੀਆਂ ਖਿਡਾ ਰਹੇ ਆ ਜਿੱਤੇ ਤਾਂ ਉਹੀ ਨੇ, ਕਿਉਂਕਿ ਇਹ 302 ਮਿਲੀਅਨ ਲੋਕਾਂ ਦੇ ਵਿੱਚੋਂ ਇੱਕ ਜਾਣੇ ਦਾ ਜਿਹੜਾ ਚਾਂਸ ਸੀਗਾ ਅਤੇ ਬੰਦਾ ਜਿਹੜਾ ਵੀ ਹੁਣ ਬੰਦਾ ਆ ਕਿ ਬੁੜੀ ਆ ਕਿ ਇੱਕ ਗਰੁੱਪ ਆ ਪਤਾ ਨਹੀਂ ਕਿ ਜਿੰਨੇ ਵੀ ਜਿੱਤਿਆ ਆ ਪਰ ਸਾਊਥ ਕੈਰੋਲੀਨਾ ਦਾ ਇੱਕ ਜਿਹੜਾ ਆ ਜਿਹੜੇ ਵੀ ਉਹ ਪਰਸਨ ਆ ਉਹ ਹੁਣ ਰਾਤੋ ਰਾਤ ਜਿਹੜਾ ਆ ਉਹ ਅਮੀਰ ਜ਼ਿਆਦਾ ਜਿਹੜਾ ਉਹ ਬਣ ਗਿਆ ਆ ਜੀ। ਅਗਲੀ ਖਬਰ ਜਵਾਲ ਚੱਲੀਏ ਜਿਹੜੀ ਹੁਣ ਇਲੈਕਸ਼ਨ ਹੋ ਜਾਣੀ ਆ ਹੁਣ ਬਹੁਤ ਥੋੜੇ ਦਿਨਾਂ ਦੇ ਵਿੱਚ US ਦੇ ਵਿੱਚ 2 ਵੀਕ ਤੋਂ ਘੱਟ ਦਾ ਸਮਾਂ ਰਹਿ ਗਿਆ ਨਵੰਬਰ ਜਿਹੜੀ ਹੈਗੀ ਆ 6 ਨੂੰ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਜਿਹੜੇ ਡੈਮੋਕਰੇਟਸ ਆ ਉਹ ਇੱਕ ਤਰ੍ਹਾਂ ਨਾਲ ਆਸ ਕਰ ਰਹੇ ਆ ਵੀ ਜਿਹੜੀ ਬਲੂ ਵੇਵ ਹੈਗੀ ਆ
ਮਿਡ ਟਰਮ ਦੇ ਵਿੱਚ ਉਹ ਜਿਹੜੀ ਟਰੰਪ ਦਾ ਬੇਸ ਆ ਉਹਨੂੰ ਸ਼੍ਰਿੰਕ ਕਰ ਦੇਗੀ, ਅਤੇ ਹੋ ਸਕਦਾ ਜਿਹੜੀ ਕਾਂਗਰਸ ਆ ਉਹਦੇ ਵਿੱਚ ਜਿਹੜੇ ਡੈਮੋਕ੍ਰੇਟ ਆ ਉਹ ਮੈਜੋਰਟੀ ਲੈ ਜਾਣ। ਦੂਜੇ ਪਾਸੇ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਆ ਅਤੇ ਰਿਪਬਲਿਕਨ, ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਆ, ਅਤੇ ਹੁਣ ਜਿਹੜਾ ਹੌਟ ਇਸ਼ੂ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਉਹ ਇਮੀਗ੍ਰੇਸ਼ਨ ਵਾਲਾ, ਉਹ ਉਹਨਾਂ ਨੇ ਲਿਆ ਆ। ਉਹਦੇ ਬਾਰੇ ਆਪਾਂ ਇਮੀਗ੍ਰੇਸ਼ਨ 'ਤੇ ਵੀ ਜਿੱਦਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਕਾਫੀ ਖਬਰਾਂ ਜਿਹੜੀਆਂ ਸਾਂਝੀਆਂ ਕਰਨੀਆਂ ਹੈਗੀਆਂ। ਸੋ ਇੱਕ ਪਾਸੇ ਉਹਨਾਂ ਨੇ ਇਮੀਗ੍ਰੇਸ਼ਨ ਅਤੇ ਇਕੋਨਮੀ ਦਾ ਲਿਆ ਸਟੈਂਡ, ਦੂਜੇ ਪਾਸੇ ਜਿਹੜੇ ਆ ਬਹੁਤ ਸਾਰੇ ਇਸ਼ੂ ਜਿਹੜੇ ਡੈਮੋਕ੍ਰੇਟਸ ਨੇ, ਕਿਤੇ ਪਈ ਜੀ ਵੋਟਰਾਂ ਨੂੰ ਸਪਰੈਸ ਕੀਤਾ ਜਾ ਰਿਹਾ, ਵੋਟਾਂ ਨਹੀਂ ਬਣ ਰਹੀਆਂ, ਟਰਾਂਸਜੈਂਡਰ ਦਾ ਅਤੇ ਗੇਜ਼ ਵਾਲਾ ਇਸ਼ੂ ਆ ਰਿਹਾ ਹੈਗਾ, ਜੱਜ ਕੈਵਨਾ ਵਾਲੇ ਇਸ਼ੂ ਨੂੰ ਉਭਾਰਿਆ ਜਾ ਰਿਹਾ। ਸੋ ਉਹਨਾਂ ਦੇ ਕੋਲ ਵੀ ਕਾਫੀ ਜਿਹੜੇ ਇਸ਼ੂ ਹੈਗੇ ਆ ਡੈਮੋਕ੍ਰੇਟਸ ਦੇ ਕੋਲ ਹੈਗੇ ਆ, ਅਤੇ ਉਹਨਾਂ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਮੋਬਲਾਈਜ਼ ਕੀਤਾ ਆ। ਕਹਿੰਦੇ ਵੀ ਪਹਿਲਾਂ ਜਿਹੜਾ ਡੈਮੋਕ੍ਰੇਟਸ ਦਾ ਹੱਥ ਕਾਫੀ ਉੱਪਰ ਸੀਗਾ ਇਸ ਇਲੈਕਸ਼ਨ 'ਚ, ਪਰ ਜਦੋਂ ਜੱਜ ਕੈਵਨਾ ਦੀ ਕਨਫਰਮੇਸ਼ਨ ਹੋਈ ਤਾਂ ਜਿਹੜੇ ਰਿਪਬਲਿਕਨ ਆ ਉਹਨਾਂ ਨੂੰ ਵੀ ਜਿਹੜਾ ਉਹ ਬੂਸਟ ਮਿਲਿਆ ਹੈਗਾ ਉਹਦੇ ਵਿੱਚ। ਜੀ ਬਿਲਕੁਲ, ਪਰ ਬਹੁਤ ਸਾਰੀਆਂ ਜਿਹੜੀਆਂ ਕਈ ਤਰੀਕੇ ਦੀਆਂ ਹੋਰ ਵੀ ਸਟੋਰੀ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਓਪੋਜੀਸ਼ਨ ਪਾਰਟੀ ਹੈਗੀ ਆ ਉਹਨਾਂ ਦੇ ਕੋਲ ਵੀ ਹੈਗੇ ਆ, ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਵੀ ਬਲੂ ਵੇਵ ਚੱਲਦੀ ਆ, ਰੈੱਡ ਵੇਵ ਚੱਲਦੀ ਆ, ਕਿ ਦੋਨੋਂ ਜਿਹੜੀਆਂ ਵੇਵਾਂ ਚੱਲ ਕੇ ਜਿਹੜੀਆਂ ਫੋਸ ਹੁੰਦੀਆਂ ਆ, ਜਾਂ ਕਿਸੇ ਦੇ ਕੋਲ ਵੀ ਕੋਈ ਜਿਹੜੀਆਂ ਮੈਜੋਰਟੀ ਉਹ ਰਹਿੰਦੀ ਨਹੀਂ ਆ। ਸੋ ਲੈਟ ਸੀ ਜਿਹੜਾ ਕੀ ਬਣਦਾ ਆ। ਅਤੇ ਇੱਕ ਜਿਹੜਾ ਆਪਾਂ ਜ਼ਰੂਰ ਦੱਸਦੇ ਜਾਈਏ, ਜਿਹੜੇ ਜਿਹੜੇ ਵੀ ਤੁਸੀਂ ਸੂਬੇ ਦੇ ਵਿੱਚ ਰਹਿੰਦੇ ਹੋ, ਇਕੱਲੇ ਕੈਲੀਫੋਰਨੀਆ ਵਾਲੇ ਨਹੀਂ, ਬਾਕੀ ਜਿਹੜੇ ਆ 49 ਜਿਹੜੇ ਹੋਰ ਸੂਬੇ ਵੀ ਹੈਗੇ ਆ ਉੱਥੇ ਵੀ ਜਿਹੜੀਆਂ ਵੋਟਾਂ ਹੋਣੀਆਂ ਆ, 30 ਤੋਂ ਵੱਧ ਗਵਰਨਰਸ ਦੀਆਂ ਜਿਹੜੀਆਂ ਵੋਟਾਂ ਆ, ਤੁਹਾਡੇ ਬਹੁਤ ਸਾਰੀਆਂ ਪ੍ਰੋਪੋਜੀਸ਼ਨ ਜਿਹੜੀਆਂ ਹੋਣੀਆਂ ਜਿਸ ਦੇ ਵਿੱਚ ਟੈਕਸ ਦਾ ਵਾਧਾ ਘਾਟਾ ਉਹ ਹੋ ਸਕਦਾ, ਰੈਂਟ ਕੰਟਰੋਲ, ਅਫੋਰਡੇਬਲ ਹਾਊਸਿੰਗ, ਹੋਰ ਕਈ ਕੁਛ ਜਿਹੜੇ ਆ ਉਹ ਚੀਜ਼ਾਂ ਜਿਹੜੀਆਂ ਆਉਣੀਆਂ ਹਰ ਇੱਕ ਸੂਬੇ ਦੇ ਵਿੱਚ। ਅਤੇ ਐਵਰੀ ਜਿਹੜੇ ਆ ਹਾਊਸ ਆਫ ਰਿਪ੍ਰਜੈਂਟੇਟਿਵ ਜਿਹੜੇ ਹੁੰਦੇ ਆ, ਜਿਹਨੂੰ ਕਾਂਗਰਸ ਵੀ ਜਿਹੜਾ ਕਹਿ ਦਿੱਤਾ ਜਾਂਦਾ ਆ, ਉਹਨਾਂ ਦੇ ਸਾਰੇ ਲੋਕਾਂ ਦੀ ਜਿਹੜੀ ਆ ਉਹ ਰੀਇਲੈਕਸ਼ਨ ਜਿਹੜੀ ਆ ਉਹ ਹੋ ਰਹੀ ਆ। ਸੋ ਸਾਰੇ ਜਣੇ ਜ਼ਰੂਰ ਇਸ ਚੀਜ਼ ਦੇ ਵੱਲ ਧਿਆਨ ਦੇਣ, ਕੁਛ ਸੈਨੇਟਰਸ ਦੀ ਵੀ ਜਿਹੜੀ ਆ ਉਹ ਰੀਇਲੈਕਸ਼ਨ, ਅਤੇ ਜਿਹੜੇ ਕੋਈ ਖਾਲੀ ਹੋਈਆਂ ਸੀਟਾਂ ਆ ਉਹਨਾਂ ਦੇ ਲਈ ਜਿਹੜੀਆਂ ਆ ਉੱਥੇ ਇਲੈਕਸ਼ਨ ਹੋ ਰਹੀ ਆ। ਸੋ ਬਹੁਤ ਇੰਪੋਰਟੈਂਟ ਜਿਹੜੀ ਮਿਡ ਟਰਮ ਇਲੈਕਸ਼ਨ ਆ, ਜ਼ਿਆਦਾਤਰ ਆਪਾਂ ਵਾਰ ਵਾਰ ਤਾਂ ਹੀ ਅਜੋ ਸਿੰਘ ਜੀ ਕਹਿੰਦੇ ਰਹਿੰਦੇ ਹਾਂ ਵੀ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਵੋਟ ਜਿਹੜੀ ਪਾਓ। ਕੈਲੀਫੋਰਨੀਆ ਵਾਲਿਆਂ ਨੇ ਜਿਨ੍ਹਾਂ ਨੇ ਤਾਂ ਐਬਸੈਂਟੀ ਬੈਲਟ ਆਖੇ ਹੋਣੇ ਆ ਉਹ ਤਾਂ ਪਹੁੰਚ ਚੁੱਕੇ ਹੋਣੇ ਉਹਨਾਂ ਦੇ ਘਰਾਂ ਦੇ ਵਿੱਚ ਆਲਰੇਡੀ। ਸੋ ਆਪਣੇ ਜਿਹੜੀਆਂ ਮੋਹਰਾਂ ਮੂਹਰਾਂ ਜਿਹੜੀਆਂ ਐਰੋਜ਼ ਲਾਉਣੀਆਂ ਆ ਉਹ ਤੁਸੀਂ ਲਾਓ, ਜ਼ਰੂਰ ਲਾਓ, ਅਤੇ ਜਲਦੀ ਅਰਲੀ ਵੋਟਿੰਗ ਵੀ ਕਰ ਸਕਦੇ ਹੋ ਤੁਸੀਂ ਅਤੇ ਘਰ ਵੀ ਸਕਦੇ ਹੋ। ਜ਼ਿਆਦਾਤਰ ਅਮੂਮਨ 30-40% ਦੇ ਦਰਮਿਆਨ ਜਿਹੜੀ ਵੋਟਿੰਗ ਰਹਿੰਦੀ ਆ। ਸੋ ਇਹਦੇ ਵਿੱਚ ਇਹ ਸਾਰਿਆਂ ਨੂੰ ਸੋਚਣ ਦੀ, ਇਹ ਸਮਝਣ ਦੀ ਜ਼ਰੂਰਤ ਆ ਵੀ ਜਿਹੜੇ 30% ਲੋਕਾਂ ਨੇ ਵੋਟ ਪਾਈ ਹੋਣੀ ਆ ਉਹਨਾਂ ਨੇ ਤੁਹਾਡਾ ਭਵਿੱਖ ਜਿਹੜਾ ਡਿਸਾਈਡ ਕਰਨਾ ਆ ਵੀ ਤੁਹਾਡੀ ਡਿਸਟ੍ਰਿਕਟ ਦੇ ਵਿੱਚੋਂ ਅਸੈਂਬਲੀਮੈਨ, ਕਾਂਗਰਸਮੈਨ, ਮੇਅਰ ਕੌਣ, ਕੌਂਸਲ ਮੈਂਬਰ ਕੌਣ, ਕਿਹੜੀ ਪ੍ਰੋਪੋਜੀਸ਼ਨ ਹੱਕ 'ਚ ਆ, ਕਿਹਦੇ ਜਿਹੜੇ ਉਹ ਅਗੇਂਸਟ ਆ। ਸੋ ਪਲੀਜ਼ 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 ਅਸੀਂ ਬੇਨਤੀ ਅਪੀਲ ਤੁਹਾਨੂੰ ਕਰਦੇ ਹਾਂ ਵੀ ਵੋਟ ਜਿਨ੍ਹਾਂ ਦੀ ਬਣੀ ਹੋਈ ਆ, ਹੁਣ ਤਾਂ ਰਜਿਸਟਰ ਕਰਨ ਦਾ ਵੀ ਦਿਨ ਵੈਸੇ ਲੰਘ ਚੁੱਕੇ ਆ, 22 ਤਰੀਕ ਜਿਹੜੀ ਵੋਟ ਪਾਉਣੀ ਬਹੁਤ ਜ਼ਰੂਰੀ ਹੈ। ਰਾਜਕਰਨਵੀਰ ਸਿੰਘ ਜੀ ਕਈ ਵਾਰੀ ਆਉਂਦਾ ਸਾਨੂੰ ਪਤਾ ਨਹੀਂ ਲੱਗਦਾ ਜੀ ਕੀ ਕਰੀਏ ਕਿੱਦਾਂ, ਆਪਾਂ ਜਦ ਬੈਨੀਫਿਟ ਲੈਂਦੇ ਸਾਨੂੰ ਸਾਰਾ ਪਤਾ ਲੱਗ ਜਾਂਦਾ, ਆਂਢੀ ਗੁਆਂਢੀ ਸਭ ਦੱਸ ਦਿੰਦੇ ਆ। ਸਹੀ ਗੱਲ ਆ, ਕਿੱਦਾਂ ਜਾ ਕੇ ਆਪਾਂ ਅਪਲਾਈ ਕਰਨਾ, ਕਿੱਦਾਂ ਮੈਡੀਕਲ ਲੈਣਾ ਹੈਗਾ ਆ, ਕਿੱਦਾਂ ਆਹ ਬੈਨੀਫਿਟ ਲੈਣਾ ਆ, ਰਾਈਟ। ਸੋ ਜਿਹੜਾ ਤੁਹਾਡਾ ਜਿਹੜੀ ਤੁਹਾਡਾ ਹੈਗੀ ਡਿਊਟੀ ਆ ਵੋਟ ਪਾਉਣ ਦੀ, ਉਹ ਵੀ ਤੁਹਾਡਾ ਜਿੱਦਾਂ ਜ਼ਰੂਰੀ ਹੈਗੀ ਆ, ਕਿਉਂਕਿ ਇਹ ਤੁਸੀਂ ਆਪਣਾ ਥੋੜ੍ਹੇ ਟਾਈਮ ਲਈ ਨਾ ਸੋਚੋ ਵੀ ਨਹੀਂ ਜੀ ਚਲੋ ਜੇ ਮੈਂ ਨਾ ਪਾਈ ਤਾਂ ਕੀ ਅਸਰ ਪੈਣਾ, ਇਹ ਆਉਣ ਵਾਲੀਆਂ ਜਨਰੇਸ਼ਨਾਂ 'ਤੇ ਅਸਰ ਪੈਣਾ। ਜਿਸ ਤਰ੍ਹਾਂ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆਉਣੀਆਂ ਆਪਾਂ ਤੁਹਾਨੂੰ ਦੱਸਿਆ ਹੀ ਹੈਗੀਆਂ, ਅਤੇ ਮਿਡ ਟਰਮ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਕਹਿੰਦੇ ਆ ਵੀ ਜੇ ਅਸੀਂ ਇਕੱਲਾ ਹੀ ਜਿਹੜੀ ਆ ਕਾਂਗਰਸ ਦਾ ਕੰਟਰੋਲ ਵੀ ਲੈ ਲਈਏ ਅਤੇ ਅਸੀਂ ਜਿਹੜੀ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਪਹਿਲੀ ਟਰਮ ਦੇ ਜਿਹੜੇ ਆਖਰੀ 2 ਸਾਲ ਆ ਉਹਦੇ 'ਚ ਉਹਨੂੰ ਕਾਫੀ ਜਿਹੜਿਆ ਉਹਦਾ ਉਹਨਾਂ ਦਾ ਵਿਰੋਧ ਕਰ ਸਕਦੇ ਹਾਂ, ਉਹਦੇ ਵਿੱਚ ਕਹਿੰਦੇ ਵੀ ਉਹਨਾਂ ਦੀ ਸਾਰੇ ਸਪੀਨਾ ਕਰ ਸਕਦੇ ਜਿਹੜੇ ਜਿਹੜੇ ਸਕੈਂਡਲ ਜਾਂ ਜਿਹੜੇ ਜਿਹੜੇ ਇਸ਼ੂਜ਼ ਦੇ ਬਾਹਰ ਆ ਰਹੇ ਹੈਗੇ ਆ। ਬਹੁਤ ਸਾਰੇ ਤਾਂ ਫਾਰ ਲੈਫਟ ਵਿੰਗ ਵਾਲੇ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਅਸੀਂ ਪ੍ਰੈਜੀਡੈਂਟ ਟਰੰਪ ਨੂੰ ਇੰਪੀਚ ਵੀ ਕਰ ਸਕਦੇ ਹੈਗੇ ਆ, ਅਤੇ ਜਿਹੜਾ ਰਿਪਬਲਿਕਨ ਨੇ ਪਿੱਛੇ ਜਿਹਾ ਟੈਕਸ ਓਵਰਹਾਲ ਕੀਤਾ ਸੀ ਉਹਦੇ ਉੱਤੇ ਵੀ ਜਿਹੜਾ ਰਿਪੀਲ ਕਰਨ ਦੀ ਟਰਾਈ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜਾ ਹੈਲਥ ਕੇਅਰ ਕਵਰੇਜ ਵਾਲਾ ਜਿਹੜਾ ਇਸ਼ੂ ਹੈਗਾ ਫੋਰ ਅਮੈਰੀਕਨ ਉਹਨੂੰ ਐਕਸਪੈਂਡ ਕਰ ਸਕਦੇ। ਸੋ ਇਹ ਬਹੁਤ ਸਾਰਾ ਜਿਹੜਾ ਅਸਰ ਕਰਨਾ ਹੈਗਾ ਆ ਪਈ ਸੈਨੇਟ, ਤਾਂ ਉਹ ਸੋਚ ਰਹੇ ਆ ਵੀ ਜੇ ਈਵਨ ਦੋ ਕਹਿੰਦੇ ਸੈਨੇਟ ਸਾਡੀ ਨਹੀਂ ਵੀ ਮੈਜੋਰਟੀ ਆਉਂਦੀ, ਪਰ ਹੁਣ ਕਾਂਗਰਸ ਦੇ ਉੱਤੇ ਜਿਹੜਾ ਆ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈਗਾ।
ਜੀ ਜੀ ਬਿਲਕੁਲ ਸੋ ਬਿਲਕੁਲ ਹੈ। ਜਦੋਂ ਤੁਸੀਂ ਟੈਕਸ ਕੱਟਸ ਦੀ ਗੱਲ ਕੀਤੀ ਉਹਦੇ ਕਰਕੇ 1.2 ਟ੍ਰਿਲੀਅਨ ਡਾਲਰ ਦਾ ਜਿਹੜਾ ਆ ਉਹ ਡੈਫਿਸਿਟ ਜਿਹੜਾ ਆ ਉਹ ਆਲਰੇਡੀ ਵੱਧ ਚੁੱਕਾ ਆ, ਘਾਟਾ ਜਿਹੜਾ ਅਮਰੀਕਾ ਨੇ ਪੂਰਾ ਇਸ ਦੇ ਵਿੱਚ ਖਾਧਾ ਆ। ਬਹੁਤ ਸਾਰੀਆਂ ਕੰਪਨੀਆਂ ਨੂੰ ਜਿਹੜਾ ਇਸ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਟੈਕਸ ਕੱਟ ਦੇ ਵਿੱਚ ਹੋਇਆ, ਪਰ ਉਸ ਦੇ ਬਾਵਜੂਦ ਜਿੱਦਾਂ ਆਪਾਂ AT&T ਦੀ ਖਬਰ ਵੀ ਜਿਹੜੀ ਉਹ ਦੱਸੀ ਸੀ, ਉਸ ਦੇ ਬਾਵਜੂਦ ਹੋਣ ਦੇ ਬਾਵਜੂਦ ਉਹ ਬਹੁਤ ਸਾਰੇ ਜਿਹੜੇ ਆਪਣੇ ਇੰਪਲਾਈਜ਼ ਆ ਉਹਨਾਂ ਨੂੰ ਪਿੰਕ ਸਲਿੱਪ ਜਿਹੜੀ ਆ ਉਹ ਦੇਣੀ ਉਹਨਾਂ ਨੇ ਸ਼ੁਰੂ ਕੀਤੀ ਹੋਈ ਆ। ਹੋਰ ਵੀ ਕਈ ਕੰਪਨੀਆਂ ਦੇ ਵਿੱਚ ਇੱਦਾਂ ਦਾ ਕੰਮ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਜੀ ਬਿਲਕੁਲ, ਸੋ ਮਨੀ ਗੇਮ ਜਿਹੜੀ ਆ ਪੂਰੀ ਚੱਲ ਰਹੀ ਹੈਗੀ ਆ, ਅਤੇ ਕਹਿੰਦੇ ਪਈ ਜਿਹੜੇ ਰਿਪਬਲਿਕਨ ਵੀ ਹੈਗੇ ਆ ਉਹਨਾਂ ਦਾ ਜਿਹੜਾ ਪੈਕ ਹੈਗਾ ਹਾਊਸ ਸਪੀਕਰ ਪੌਲ ਰਾਇਨ ਨੇ ਦੱਸਿਆ ਵੀ $100 ਮਿਲੀਅਨ ਦੇ ਕਰੀਬ ਇਲੈਕਸ਼ਨ ਡੇ ਤੋਂ ਪਹਿਲਾਂ ਉਹ ਸਪੈਂਡ ਕਰੇਗਾ। ਇਸੇ ਤਰ੍ਹਾਂ ਡੈਮੋਕ੍ਰੇਟ ਵੀ ਕਰ ਰਿਹਾ, ਤੁਸੀਂ ਦੇਖੋ ਤੁਹਾਡੀ ਮੇਲ ਜਿਹੜੀ ਆ ਉਹ ਭਰੀ ਪਈ ਆ ਫਲਾਇਰਸ ਨਾਲ। ਜੀ, ਬਿਲਕੁਲ ਸਹੀ ਚਾਹੇ ਗੱਲ ਤੁਸੀਂ ਸਿਟੀਜ਼ਨ ਹੈ ਹੈਗੇ ਨਹੀਂ ਹੈਗੇ, ਅਤੇ ਟੀਵੀ ਰੇਡੀਓ ਸਟੇਸ਼ਨਸ ਐਨ ਐਡਾਂ ਦੇ ਨਾਲ ਜਿਹੜੇ ਆ ਉਹ ਭਰੇ ਪਏ ਹੈਗੇ ਆ। ਬਿਲਕੁਲ ਬਿਲਕੁਲ, ਸੋ ਇਹ ਜਿਹੜੀ ਲੇਟੈਸਟ ਚੱਲ ਰਹੀ ਆ। ਸੋ ਜ਼ਰੂਰ ਪਲੀਜ਼ ਡਿਸਾਈਡ ਕਰੋ ਵੀ ਕਿਹਨੂੰ ਤੁਸੀਂ ਜਿਹੜਾ ਉਹ ਬਣਾਉਣਾ ਚਾਹੁੰਦੇ ਆ, ਵੋਟ ਜਿਹੜੀ ਆ ਉਹ ਜ਼ਰੂਰ ਪਾਓ। ਇੱਕ ਚੀਜ਼ ਹੋਰ ਜਿਹੜੀ ਆ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੀ ਹੈ, ਕਈ ਵਾਰੀ ਨਹੀਂ ਪਤਾ ਹੁੰਦਾ ਜਿਹੜੇ ਖਾਸ ਕਰਕੇ ਕਿਸੇ ਨੇ ਜੇ ਪਹਿਲੀ ਵਾਰੀ ਵੀ ਵੋਟ ਪਾਉਣੀ ਆ, ਜਿਹੜੀ ਕਿਸੇ ਇੱਕ ਰੇਸ ਦਾ ਤੁਹਾਨੂੰ ਉਸ ਦੇ ਬਾਰੇ ਨਹੀਂ ਪਤਾ, ਜ਼ਰੂਰੀ ਨਹੀਂ ਆ ਵੀ ਤੁਸੀਂ ਕਿਸੇ ਨੂੰ ਜਿਹੜਾ ਆ ਉਹ ਵੋਟ ਪਾਉਣੀ, ਉਹਨੂੰ ਖਾਲੀ ਵੀ ਰੱਖ ਸਕਦੇ ਉਹਨੂੰ ਤੁਸੀਂ ਖਾਲੀ ਵੀ ਜਿਹੜੇ ਆ ਉਸ ਰੇਸ ਨੂੰ ਜਿਹੜਾ ਉਹ ਛੱਡ ਸਕਦੇ ਹੋ। ਜਿੱਦਾਂ ਹੁਣ ਤੁਸੀਂ ਕੈਲੀਫੋਰਨੀਆ ਦੇ ਵਿੱਚ ਹੋਵੋਗੇ, ਸਭ ਤੋਂ ਉੱਤੇ ਜਿਹੜੀ ਗਵਰਨਰ ਦੀ ਰੇਸ ਜਿਹੜੀ ਆ ਉਹ ਹੋਊਗੀ, ਉਸ ਤੋਂ ਬਾਅਦ ਜਿਹੜੇ ਐਲੈਕਸ ਪੜੀਆ ਹੈਗੇ ਨੇ ਸੈਕਰੇਟਰੀ ਆਫ ਸਟੇਟ, ਉਹਨਾਂ ਦੇ ਅਗੇਂਸਟ ਜਿਹੜਾ ਕੋਈ ਖੜਾ ਹੈਗਾ ਆ। ਸੋ ਇੱਦਾਂ ਵਾਰੀ ਵਾਰੀ ਸਰ ਹੋਣਗੀਆਂ। ਬਾਕੀ ਪ੍ਰੋਪੋਜੀਸ਼ਨਸ ਜਿਹੜੀਆਂ ਹੋਣਗੀਆਂ ਜਿਸ ਦੇ ਵਿੱਚ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਆ, ਡਾਇਲਿਸਿਸ ਜਿਹੜਾ ਆ ਉਸ ਨੂੰ ਲੈ ਕੇ ਆ, ਜਿਹੜਾ ਡੀਜ਼ਲ ਅਤੇ ਗੈਸ ਦੇ ਉੱਤੇ ਟੈਕਸ ਲਾਇਆ ਉਸ ਨੂੰ ਰਿਪੀਲ ਕਰਨ ਦੀ ਜਿਹੜੀ ਆ ਉਸ ਦੇ ਵਿੱਚ ਟੈਕਸਿਸ ਦੇ ਪ੍ਰੋਪੋਜੀਸ਼ਨਸ ਹੈਗੀਆਂ ਆ। ਸੋ ਕਾਫੀ ਕੁਛ ਜਿਹੜਾ ਆ ਉਹ ਇੰਪੋਰਟੈਂਟ ਹੈਗਾ ਆ, ਸਾਰਿਆਂ ਦੇ ਲਈ ਮਹੱਤਤਾ ਰੱਖਦਾ ਆ। ਸੋ ਪਲੀਜ਼ ਜਿਹੜੀ ਆ ਉਹ ਵੋਟ ਤੁਸੀਂ ਸਾਰੇ ਜਣੇ ਜ਼ਰੂਰ ਪਾਇਓ। ਅਤੇ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਵੱਲ ਨੂੰ ਵੀ ਵੱਧਦੇ ਹਾਂ, ਅਤੇ ਅਸ਼ੋਕ ਜੀ ਮਾਮਲੇ ਦੇ ਵਿੱਚ ਕਹਿੰਦੇ ਆ US ਵਾਲੇ ਥੋੜ੍ਹਾ ਜਿਹੜਾ ਸਖ਼ਤ ਸਟੈਂਡ ਲੈਣ ਬਾਰੇ ਜਿਹੜਾ ਆ ਉਹ ਸੋਚ ਰਹੇ ਨੇ, ਇਹ ਜਾਂ ਫਿਰ ਤਾਂ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਦਿਖਾਵੇ ਵਾਲੀ ਗੱਲ ਹੋਊਗੀ, ਅਤੇ ਜਾਂ ਦੇਖਦੇ ਹਾਂ ਵੀ ਫਿਰ ਐਕਚੁਅਲ ਦੇ ਵਿੱਚ ਕੋਈ ਰੀਅਲ ਸਟੈਂਡ ਜਿਹੜਾ ਉਹ ਲਿਆ ਜਾਂਦਾ ਆ। ਕਹਿੰਦੇ 21 ਲੋਕਾਂ ਦਾ ਸ਼ਾਇਦ ਉਹਨਾਂ ਦਾ ਵੀਜ਼ਾ ਜਿਹੜਾ ਆ ਸਾਊਦੀ ਅਰੇਬੀਆ ਦੇ ਲੋਕਾਂ ਦਾ ਉਹ ਕੈਂਸਲ ਜਿਹੜਾ ਕੀਤਾ ਜਾ ਰਿਹਾ ਹੈਗਾ ਆ। ਅਤੇ ਮੇਨ ਜਿਹੜਾ ਮਸਲਾ ਤਾਂ ਇਹ ਆ ਵੀ ਕੌਣ ਉਸ ਦੇ ਪਿੱਛੇ ਆ, ਜਿਸ ਦੇ ਵਿੱਚ ਸ਼ਰਿਆਮ ਨਾਮ ਜਿਹੜਾ ਉੱਥੇ ਦੇ ਮੁਹੰਮਦ ਬਿਨ ਸਲਮਾਨ ਕਰਾਊਨ ਪ੍ਰਿੰਸ ਦਾ ਜਿਹੜਾ ਉਹ ਆ ਰਿਹਾ ਆ, ਪਰ ਉਸਨੂੰ ਜਿਹੜਾ ਆ ਹੁਣ ਹੁਣੇ ਜੱਫੀਆਂ ਪਾ ਕੇ ਜਿਹੜੇ ਆ ਉਹ ਆ ਕੇ ਆਏ ਨੇ, ਜਿਹੜੇ ਇਨਵੈਸਟਮੈਂਟ ਦੀ ਉਹਨਾਂ ਨੇ ਰਿਆਦ ਦੇ ਵਿੱਚ ਇੱਕ ਕਾਨਫਰੰਸ ਜਿਹੜੀ ਉੱਥੇ ਕੀਤੀ ਸੀਗੀ। ਅਤੇ ਹਰਜੋਤ ਸਿੰਘ ਜੀ, ਕੱਲ੍ਹ ਤਸਵੀਰ ਦੇਖ ਕੇ ਬੜਾ ਦਿਲ ਨੂੰ ਮਾੜਾ ਲੱਗਾ, ਕਿਸ਼ੋਕ ਜੀ ਦਾ ਜਿਹੜਾ ਮੁੰਡਾ ਹੈ ਜੋ ਕਿ ਸਾਊਦੀ ਅਰੇਬੀਆ ਦੇ ਵਿੱਚ ਹੀ ਰਹਿੰਦਾ ਆ, ਉਸ ਨੂੰ ਧੱਕੇ ਦੇ ਨਾਲ ਉੱਥੇ ਬੁਲਾਇਆ ਗਿਆ ਜਿਹੜਾ ਆ ਉਸ ਕਾਨਫਰੰਸ ਦੇ ਵਿੱਚ, ਅਤੇ ਉਹ ਉੱਦਾਂ ਹੀ ਮੁਹੰਮਦ ਬਿਨ ਸਲਮਾਨ ਨੂੰ ਜਿਹੜਾ ਕਹਿੰਦਾ ਵੀ ਜੱਫੀ ਪਾ ਕੇ ਮਿਲ ਰਿਹਾ ਸੀ, ਹੱਥ ਸੁੱਟ ਕੇ ਜਿਹੜਾ ਉਸ ਨੂੰ ਕਿਹਾ ਵੀ ਤੈਨੂੰ ਮਿਲਣਾ ਹੀ ਜਿਹੜਾ ਉਹ ਪੈਣਾ ਆ, ਜਿਸ ਦੇ ਪਿਓ ਦਾ ਹੁਣੇ ਹੁਣੇ ਜਿਹੜਾ ਆ ਉਹ ਇੱਦਾਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੋਵੇ, ਅਤੇ ਜਿਸ ਕਥਿਤ ਜਿਹੜਾ ਤਰੀਕੇ ਦੇ ਨਾਲ ਉਸ ਦੇ ਦੋਸ਼ੀ ਨੂੰ ਉੱਦਾਂ ਬੁਲਾਇਆ ਜਾ ਰਿਹਾ ਹੋਵੇ, ਤਾਂ ਇਹ ਤਾਂ ਉਹੀ ਜਾਣਦਾ ਹੋਊਗਾ ਵੀ ਉਸ ਦੇ ਦਿਲ ਦੇ ਵਿੱਚ ਕੀ ਬੀਤ ਰਹੀ ਹੋਊਗੀ। ਸੋ ਬਿਲਕੁਲ, ਪੂਰੀ ਦੁਨੀਆ ਜਿਹੜੀ ਉਹ ਸੋਚ ਰਹੀ ਹੈਗੀ ਆ, ਈਵਨ ਫਰਾਂਸ ਨੇ ਕਿਹਾ ਵੀ ਅਸੀਂ ਰਿਲੇਸ਼ਨ ਤੋੜਾਂਗੇ, ਬਹੁਤ ਸਾਰੇ ਮੁਲਕ ਜਿਹੜੇ ਉਹ ਅਪਸੈਟ ਆ, ਕਹਿੰਦੇ ਕਿ ਇੱਕ ਪਾਸੇ ਤਾਂ ਤੁਸੀਂ ਈਰਾਨ ਨੂੰ ਬਦਨਾਮ ਕਰ ਰਹੇ ਭਾਈ ਜੀ, ਉਹ ਸਪਰੈਸ ਕਰ ਰਹੇ ਆਪਣੇ ਲੋਕਾਂ ਨੂੰ, ਵੀ ਇੱਥੇ ਦਾ ਪ੍ਰਿੰਸ ਹੀ ਸ਼ਰੇਆਮ ਬੰਦੇ ਨੂੰ ਆਪਣੀ ਅੰਬੈਸੀ ਦੇ ਵਿੱਚ ਹੀ ਮਾਰ ਰਿਹਾ ਜਿਹੜਾ, ਹੈ ਨਾ, ਅਤੇ ਉਹਦੇ ਵਿੱਚ ਤਾਂ ਫਿਰ ਈਰਾਨ ਦੇ ਵਿੱਚ ਕੀ ਫਰਕ ਹੋਇਆ, ਹੈ ਨਾ। ਸੋ ਇਸ ਕਰਕੇ ਜਿਹੜਾ US ਆ ਉਹ ਵੀ ਕਾਫੀ ਕਸੂਤੀ ਸਥਿਤੀ ਦੇ ਵਿੱਚ ਫਸਿਆ ਹੋਇਆ ਆ, ਪਰ ਦੂਸਰੇ ਪਾਸੇ ਪਾਕਿਸਤਾਨ ਵਾਲੇ ਕਹਿੰਦੇ ਇਸ ਰੌਲੇ ਰੱਪੇ 'ਚ $6 ਬਿਲੀਅਨ ਜਿਹੜੇ ਆ ਸਾਊਦੀ ਅਰੇਬੀਆ ਤੋਂ ਲੈ ਗਏ ਹੈਗੇ ਆ। ਜੀ ਜੀ, ਅਤੇ ਮਿਲਦੇ ਹਾਂ ਆਪਾਂ ਸਾਰੇ ਸਰੋਤਿਆਂ ਨੂੰ ਬ੍ਰੇਕ ਤੋਂ ਬਾਅਦ। ਇਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਖਬਰਾਂ, ਵੀਜ਼ਾ ਬੁਲੇਟਿਨ ਆ ਉਹ ਜਿਹੜੇ ਬਾਰੇ ਤੁਹਾਨੂੰ ਆਪਾਂ ਦੱਸਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ।
SNS ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿੱਟਸ, ਲਿਫਟ ਕਿੱਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916-728-4100, 916-728-4100। SNS ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 408-272-2500। ਕਿੱਦਾਂ ਵੀ ਨਿਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗ੍ਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗ੍ਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਰ ਨੀ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲੱਚ, ਓਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664, 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗ੍ਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ, ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ 'ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ ਸੰਦੀਪ ਕੌਰ, ਫਾਰਮਰਸ ਇੰਸ਼ੋਰੈਂਸ, 916-251-3039, 916-252-3039। ਐਲਗ੍ਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ, ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ, ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916-478-4444, 916-478-4444। ਐਡਰੈਸ 9308 ਐਲਗ੍ਰੋਵ ਬੁਲੇਵਾਰਡ, ਐਲਗ੍ਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ, ਇੰਡੀਅਨ ਰੈਸਟੋਰੈਂਟ। ਮੈਨੂੰ ਚੂੜੀਆਂ ਚੜਾ ਦੇ ਚੰਨ ਵੇ, ਮੈਂ ਛਮ ਛਮ ਨੱਚਦੀ ਫਿਰਾਂ। ਕਿਰਨ ਬੜੀ ਖੁਸ਼ ਲੱਗਦੀ ਆ, ਕੀ ਗੱਲ ਆ? ਮੇਰੀ ਰਿਸੈਪਸ਼ਨ ਅਤੇ ਜਾਗੋ ਦੀ ਪਾਰਟੀ ਹੋਣ ਜਾ ਰਹੀ ਆ ਸਨਰਾਈਜ਼ ਬੈਂਕਵਟ ਹਾਲ ਵਾਲਿਆਂ ਦੇ। ਅੱਛਾ, ਇਹਦੇ ਚ ਇੰਨੀ ਖੁਸ਼ੀ ਵਾਲੀ ਕਿਹੜੀ ਗੱਲ? ਤੁਹਾਨੂੰ ਨੀ ਪਤਾ, ਸਨਰਾਈਜ਼ ਬੈਂਕਵਟ ਹਾਲ ਪਹਿਲਾ ਇੰਡੀਅਨ 5-star ਬੈਂਕਵਟ ਹਾਲ ਆ। ਜਿੰਨੇ ਜਿੰਨੇ ਵੱਡੇ ਆਮ ਲੋਕਾਂ ਦੇ ਹਾਲ ਆ ਨਾ, ਓਨੀ ਵੱਡੀ ਤਾਂ ਸਨਰਾਈਜ਼ ਵਾਲਿਆਂ ਦੀ ਲੌਬੀ ਆ। ਅਤੇ ਇਹਨਾਂ ਕੋਲ 3 ਹਾਲ ਵੀ ਨੇ, 250, 500 ਅਤੇ 1200 ਬੰਦਿਆਂ ਦੀ ਕਪੈਸਿਟੀ ਵਾਲੇ, ਜਿੱਥੇ ਤੁਸੀਂ ਜਾਗੋ, ਰਿਸੈਪਸ਼ਨ, ਮੀਟਿੰਗ ਅਤੇ ਕੰਸਰਟ ਵੀ ਕਰਵਾ ਸਕਦੇ ਹੋ। ਇਹ DJ ਅਤੇ ਡੈਕੋਰੇਸ਼ਨ ਵੀ ਇਨ ਹਾਊਸ ਕਰਦੇ ਨੇ। ਜਦੋਂ ਤੁਸੀਂ ਖਾਦੀ ਨਾ ਇਹਨਾਂ ਦੇ ਰੈਸਟੋਰੈਂਟ, ਕਲੇ ਓਵਨ, ਗ੍ਰਿਲ ਐਂਡ ਬਾਰ ਦੀ ਰੋਟੀ, ਤਾਂ ਉਂਗਲਾਂ ਚੱਟਦੇ ਰਹਿ ਜਾਓਗੇ ਜਨਾਬ, ਜੋ ਕਿ ਸਿਲਾਨੋ ਕਾਉਂਟੀ ਦਾ ਨੰਬਰ 1 ਰੈਸਟੋਰੈਂਟ ਆ। ਹਾਲ ਦੀ ਬੁਕਿੰਗ ਵਾਸਤੇ ਅੱਜ ਹੀ ਕਾਲ ਕਰੋ ਕਮਲ ਗਿੱਲ 707-474-7003। 500 ਤੋਂ 1000 ਬੰਦੇ ਦੀ ਕੇਟਰਿੰਗ ਦੇ ਲਈ ਗੱਲ ਕਰ ਸਕਦੇ ਹੋ ਹਰਪਾਲ ਜੀ ਨਾਲ 408-313-9202। ਸਨਰਾਈਜ਼ ਬੈਂਕਵਟ ਹਾਲ, 620 ਔਰੇਂਜ ਡਰਾਈਵ ਅਤੇ 400 ਔਰੇਂਜ ਡਰਾਈਵ, ਬੈਕਵਿਲ। sunrisebanquethall.com ਤੇ ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਵੱਲ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ, ਵੀ ਜਿਸ ਤਰੀਕੇ ਦੇ ਨਾਲ ਜਿਹੜਾ ਇਸ ਟਾਈਮ ਇਮੀਗ੍ਰੇਸ਼ਨ ਦਾ ਵਿਵਾਦ, ਰੌਲਾ ਰੱਪਾ ਜਿਹੜਾ ਆ ਉਹ ਚੱਲ ਰਿਹਾ ਆ, ਖਾਸ ਕਰਕੇ ਜੇ ਆਪਾਂ ਨਜ਼ਰ ਮਾਰੀਏ ਜਿਹੜਾ ਸਦਰਨ ਬਾਰਡਰ ਵੱਲ, ਜਿਹੜਾ ਮੈਕਸੀਕੋ ਦੇ ਵਿੱਚੋਂ ਲਾਂਘਾ ਲੈ ਕੇ ਜਿਹੜਾ ਇੱਕ ਕਾਫਲਾ
ਤੁਰਿਆ ਹੁੰਦਾ ਆ ਅਮਰੀਕਾ ਵੱਲ ਨੂੰ 5 to 7 thousand ਜਿਹੜੇ ਆ ਉਹ ਦੱਸੇ ਜਾ ਰਹੇ ਆ ਵੀ ਇਸ ਕਾਫਲੇ ਦੇ ਵਿੱਚ ਲੋਕ ਇਕੱਤਰ ਹੋ ਕੇ ਅਮਰੀਕਾ ਵੱਲ ਨੂੰ ਵੱਧ ਰਹੇ ਆ। ਜਿੱਦਾਂ ਕੱਲ੍ਹ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ, ਹੌਂਡਰਸ ਦਾ ਇੱਕ ਓਪੋਜੀਸ਼ਨ ਪਾਰਟੀ ਦੇ ਬੰਦੇ ਨੇ ਕਹਿੰਦੇ ਕਾਰਵਾਂ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਸੀ। ਉਹ ਡੇਲੀ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਇੰਸਟਾਗ੍ਰਾਮ ਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਪਾਉਂਦਾ ਰਿਹਾ, ਪੂਰੀ ਝੰਡੀ ਦਿੱਤੀ ਜਿੱਦਾਂ ਲੋਕਾਂ ਨੂੰ ਇਕੱਠੇ ਕਰਕੇ ਇੱਥੋਂ ਚੱਲੀਏ, ਚਲੋ ਤੁਹਾਨੂੰ ਅਮਰੀਕਾ ਨੂੰ ਲੈ ਕੇ ਚੱਲਦਾ ਮੈਂ, ਜਿੱਦਾਂ ਪਤਾ ਨਹੀਂ ਕਿਹੜੇ ਜਹਾਜ਼ ਦੇ ਉੱਤੇ ਬਿਠਾ ਕੇ ਲੈ ਜਾਣਾ ਸੀਗਾ। ਤੇ ਉਹ ਆਪ ਅਗਲੇ ਮੁਲਕ ਗਵਾਟਾਮਾਲਾ ਦੇ ਵਿੱਚ ਕਹਿੰਦੇ ਉੱਥੇ ਪਹੁੰਚੇ ਆਇਆ ਤੇ ਉੱਥੋਂ ਉਹਨੂੰ ਫੜ ਕੇ ਡਿਪੋਰਟ ਕਰ ਦਿੱਤਾ ਗਿਆ। ਤੇ ਇਹ ਲੋਕ ਤਾਂ ਵੀ ਜਿਹੜੇ ਆ ਲਗਾਤਾਰ ਤੁਰਦੇ ਰਹੇ, ਜਿੱਥੋਂ ਜਿੱਥੋਂ ਵੀ ਜਿਹੜੇ ਜਿਹੜੇ ਵੀ ਕਸਬੇ ਚੋਂ ਸ਼ਹਿਰ ਚੋਂ ਇਹ ਕਾਫਲਾ ਤੁਰਿਆ ਆ ਉੱਥੇ ਜਿਹੜੇ ਲੋਕ ਆ ਇਹਨਾਂ ਦੇ ਵਿੱਚ ਜਿਹੜੇ ਉਹ ਰਲਦੇ ਜਾ ਰਹੇ ਆ। ਸੋ ਹੁਣ ਮੈਕਸੀਕੋ ਦੇ ਵਿੱਚੋਂ ਜਿਹੜੇ ਆ ਉਹ ਲੰਘ ਰਹੇ ਨੇ। ਰਾਸ਼ਟਰਪਤੀ ਟਰੰਪ ਦੇ ਦੁਆਰਾ ਕਾਫੀ ਜਿਹੜਾ ਦਬਾਅ ਮੈਕਸੀਕੋ ਦੇ ਉੱਤੇ ਪਾਇਆ ਜਾ ਰਿਹਾ ਵੀ ਭਾਈ ਤੁਸੀਂ ਇਹਨਾਂ ਨੂੰ ਰੋਕੋ, ਜੇ ਤੁਸੀਂ ਲਾਂਘਾ ਦਿੱਤਾ ਇਹਨਾਂ ਨੂੰ ਬਾਰਡਰ ਤੱਕ ਆਉਣ ਦਿੱਤਾ ਤਾਂ ਅਸੀਂ ਤੁਹਾਡੇ ਨਾਲ ਜਿਹੜੇ ਟ੍ਰੇਡ ਦੀ ਜਿਹੜੀ ਡੀਲ ਕੀਤੀ ਆ ਉਸ ਨੂੰ ਭੰਗ ਕਰ ਸਕਦੇ ਹਾਂ। ਮੈਕਸੀਕੋ ਵਾਲੇ ਵੀ ਜਿਹੜੇ ਆ ਉਹਨਾਂ ਦੇ ਨਾਲ ਕਹਿੰਦੇ ਕੱਲ੍ਹ ਜਦੋਂ ਕਈਆਂ ਨੇ ਉੱਥੇ ਗੱਲਬਾਤ ਜਿਹੜੀ ਆ ਉਹ ਕੀਤੀ ਆ ਉਹਨਾਂ ਦੇ ਅਧਿਕਾਰੀਆਂ ਦੇ ਨਾਲ, ਅਤੇ ਕਹਿੰਦੇ ਵੀ ਜੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਆ ਵੀ ਕੀ ਤੁਸੀਂ ਇਹਨਾਂ ਨੂੰ ਰੋਕ ਸਕਦੇ, ਕਹਿੰਦੇ ਹਾਂ ਰੋਕ ਤਾਂ ਅਸੀਂ ਜਿਹੜੇ ਡੈਫੀਨੇਟਲੀ ਸਕਦੇ ਹਾਂ, ਪਰ ਜੇ ਕੋਈ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਜਿਹੜੇ ਉੱਥੇ ਵੀਜ਼ਾ ਅਪਲਾਈ ਕਰਦਾ ਆ ਅਤੇ ਅਸੀਂ ਉਹ ਵੀ ਦੇਣ ਬਾਰੇ ਜਿਹੜਾ ਉਹ ਡੈਫੀਨੇਟਲੀ ਸੋਚ ਰਹੇ ਹਾਂ। ਪਰ ਨਾਲ ਹੀ ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ ਵੀ ਜਿਹੜਾ ਅਮੈਰੀਕਾ ਆ ਉਹਨਾਂ ਦੇ ਦੁਆਰਾ ਬਹੁਤ ਜ਼ਿਆਦਾ ਦਬਾਅ ਉਹਨਾਂ ਦੇ ਉੱਤੇ ਪਾਇਆ ਜਾ ਰਿਹਾ ਆ ਵੀ ਇਹਨਾਂ ਨੂੰ ਬਾਰਡਰ ਤੱਕ ਨਾ ਆਉਣ ਦਿੱਤਾ ਜਾਵੇ, ਕਿਉਂਕਿ ਇੱਕ ਜਦੋਂ ਦੇਖੋ ਇੱਕ ਵਾਰੀ ਬਾਰਡਰ ਦੇ ਉੱਤੇ ਪਹੁੰਚ ਕੇ ਤਾਂ ਤੁਸੀਂ ਇਹ ਸਮਝੋ ਵੀ ਕਿੰਨਾ ਵੱਡਾ ਵਿਵਾਦ, ਕਿੰਨਾ ਵੱਡਾ ਜਿਹੜਾ ਰੌਲਾ ਰੱਪਾ ਆ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜਾ ਪਊਗਾ। ਜੇ ਅਮਰੀਕਾ ਮਨਾ ਕਰਦਾ ਆ ਜਾਂ ਨਾ ਕਰਦਾ ਆ ਤਾਂ ਵੀ ਰੌਲਾ ਆ, ਜੇ ਮਨਾ ਨਹੀਂ ਕਰਦਾ ਜੇ ਆਉਣ ਦਿੰਦਾ ਆ ਤਾਂ ਵੀ ਰੌਲਾ ਆ। ਸੋ ਕਈ ਤਰੀਕੇ ਦੇ ਵਿਵਾਦ ਜਿਹੜੇ ਆ ਇਸ ਦੇ ਨਾਲ ਜੁੜ ਚੁੱਕੇ ਹੋਏ ਨੇ। ਸੋ ਅਲਟੀਮੇਟਲੀ ਜਿਹੜੇ ਡੈਮੋਕਰੇਟਸ ਆ ਉਹ ਕਾਫੀ ਇਸ ਇਸ਼ੂ ਦੇ ਚੁੱਪ ਬੈਠੇ ਆ, ਪਰ ਹੁਣ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਸਾ, ਪਹਿਲੇ ਦਿਨ ਤੋਂ ਹੀ ਉਹ ਜਿਹੜੇ ਅਨਡਾਕੂਮੈਂਟ ਇਲੀਗਲ ਇਮੀਗ੍ਰੇਸ਼ਨ ਈਵਨ ਲੀਗਲ ਇਮੀਗ੍ਰੇਸ਼ਨ 'ਤੇ ਵੀ ਸਖ਼ਤ ਬਿਆਨ ਦਿੰਦੇ ਰਹਿੰਦੇ ਆ, ਅਤੇ ਹੁਣ ਉਹਨਾਂ ਨੇ ਪ੍ਰੈਜੀਡੈਂਟ ਜਿਹੜੇ ਬਰਾਕ ਓਬਾਮਾ ਆ ਜਿਸ ਟਾਈਮ 'ਤੇ ਉਹ ਸੈਨੇਟਰ ਸੀ 2005 ਦੇ ਵਿੱਚ, ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਆਪਣਾ ਸਖ਼ਤ ਲੈਕਚਰ ਦਿੱਤਾ ਸੀ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ। ਉਸ ਟਾਈਮ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਜਿਹੜਾ ਯੂ ਐੱਸ ਦੇ ਵਿੱਚ ਜਿਹੜੇ ਇਲੀਗਲੀ ਐਂਟਰ ਹੁੰਦੇ ਆ ਜਾਂ ਉਹਨਾਂ ਨੂੰ ਜਿਹੜੇ ਇੰਪਲਾਈ ਕਰਦੇ ਹੈਗੇ ਉਹਨਾਂ ਨੂੰ ਜੌਬ ਦਿੰਦੇ ਆ ਉਹ ਸਾਡਾ ਰੂਲ ਤੋੜ ਰਹੇ ਆ ਅਤੇ ਇਹ ਅਸੀਂ ਹੋਣ ਨਹੀਂ ਦੇਵਾਂਗੇ, ਕਿਉਂਕਿ ਇਹਦਾ ਕਾਰਨ ਕੀ ਹੁੰਦਾ ਵੀ ਜਿਹੜਾ ਬੰਦਾ ਲੀਗਲੀ ਸਹੀ ਤਰੀਕੇ ਨਾਲ ਯੂ ਐੱਸ ਆਉਣਾ ਚਾਹੁੰਦਾ ਆ ਅਤੇ ਉਹ ਜਿਹੜਾ ਆ ਉਹਦੀ ਜਿਹੜੀ ਸਾਰੀ ਜਿਹੜੀ ਉਹਦੀ ਲੈਣ ਜਿਹੜੀ ਲਾਈਨ ਹੈਗੀ ਆ ਉਹ ਮੈਸਅਪ ਹੋ ਜਾਂਦੀ ਹੈਗੀ ਆ। ਸੋ ਆਪਾਂ ਦੇਖਿਆ ਹੀ ਆ ਹੁਣ ਕਿਸ ਤਰ੍ਹਾਂ ਜਿਹੜੇ ਕਈ ਲੀਗਲ ਵੀ ਜਿੱਦਾਂ ਤੁਸੀਂ ਗ੍ਰੀਨ ਕਾਰਡ ਆ ਜਾਂ ਜਿਹਨਾਂ ਦੇ ਕੋਲ ਕਿੰਨੀ ਕਿੰਨੀ ਲੰਮੀ ਡੇਟ ਚੱਲ ਰਹੀ ਹੈ, ਇਸੇ ਤਰ੍ਹਾਂ ਸਿਟੀਜ਼ਨਸ਼ਿਪ ਦੀ ਕਿੰਨੀਆਂ ਲੰਮੀਆਂ ਡੇਟਾਂ ਚੱਲ ਰਹੀਆਂ ਹੈਗੀਆਂ। ਸੋ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਜਿਹੜਾ ਲੈਕਚਰ ਜੋ ਦਿੱਤਾ ਸੀ ਉਹਦੀ ਕਲਿੱਪ ਜਿਹੜੀ ਆ ਉਹ ਹੁਣ ਪ੍ਰੈਜੀਡੈਂਟ ਟਰੰਪ, ਕਿਉਂਕਿ ਉਹਨਾਂ ਨੂੰ ਕ੍ਰਿਟੀਸਾਈਜ਼ ਬਹੁਤ ਕੀਤਾ ਜਾ ਰਿਹਾ ਸੀ, ਸੋ ਉਹਨਾਂ ਨੇ ਉਹ ਕਲਿੱਪ ਸ਼ੋਅ ਕਰਕੇ ਨਾਲ ਹੀ ਫਿਰ ਉਹ ਆਪਣਾ ਸ਼ੋਅ ਕਰ ਦਿੰਦੇ ਆ ਵੀ ਆਈ ਐਗਰੀ ਵਿਦ ਪ੍ਰੈਜੀਡੈਂਟ ਓਬਾਮਾ 100%। ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਤਾਂ ਕੋਈ ਵੀ ਇਸ ਚੀਜ਼ ਦੇ ਅਗੇਂਸਟ ਨਹੀਂ ਹੈਗਾ ਵੀ ਜਿਹੜੇ ਆ ਵੀ ਕਿਸੇ ਨੂੰ ਵੀ ਇੱਦਾਂ ਨਹੀਂ ਵੀ ਸਿੱਧਾ ਹੀ ਲਾਂਘਾ ਜਿਹੜਾ ਉਹ ਦੇ ਦਿੱਤਾ ਜਾਵੇ। ਉਹ ਸਾਰੇ ਜਣੇ ਮੋਸਟਲੀ ਜਿਹੜੇ ਇਨਸਾਨੀਅਤ ਦੇ ਤੌਰ 'ਤੇ ਕਹਿੰਦੇ ਵੀ ਉਹਨਾਂ ਦੀ ਗੱਲ ਤਾਂ ਸੁਣ ਲਓ ਪਹਿਲਾਂ ਵੀ ਕਹਿਣਾ ਕੀ ਚਾਹੁੰਦੇ ਆ, ਕਿਹੜੇ ਬੇਸ ਦੇ ਉੱਤੇ ਜਿਹੜੇ ਆ ਉਹ ਕੇਸ ਲਾਉਣ ਦੀ ਜਿਹੜੀ ਆ ਉਹ ਕਹਿ ਰਹੇ ਨੇ ਵੀ ਕਿਉਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਜਿਹੜਾ ਉਹ ਲਾਂਘਾ ਦਿੱਤਾ ਜਾਵੇ। ਜਦਕਿ ਜੇ ਰੈਕਡ ਦੇਖਿਆ ਜਾਵੇ ਤਾਂ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਦੌਰਾਨ 2 million ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਗਿਆ। ਸਭ ਤੋਂ ਵੱਧ ਜਿਹੜਾ ਜੇ ਯੂ ਐੱਸ ਦੀ ਹਿਸਟਰੀ 'ਚ ਡਿਪੋਰਟ ਕੀਤਾ ਗਿਆ ਤਾਂ ਪ੍ਰੈਜੀਡੈਂਟ ਓਬਾਮਾ ਦੇ ਟਾਈਮ। ਬਿਲਕੁਲ, ਉਹਦੇ ਵਿੱਚ ਉਹ ਵੀ ਆਂਕੜੇ ਜਿਹੜੇ ਆ ਸ਼ਾਮਿਲ ਨੇ, ਜਿੱਦਾਂ ਇਹ 5-7 thousand ਬੰਦਾ ਤੁਰਿਆ ਜਾਂਦਾ ਆ ਅਤੇ ਇਹਨਾਂ ਨੂੰ ਬਾਰਡਰ ਤੋਂ ਹੀ ਵਾਪਸ ਮੋੜ ਦਿੱਤਾ ਜਾਂਦਾ ਸੀਗਾ ਤਾਂ ਉਸ ਨੂੰ ਵੀ ਡਿਪੋਰਟ ਦੇ ਖਾਤੇ ਦੇ ਵਿੱਚ ਗਿਣਿਆ ਜਾ ਰਿਹਾ ਸੀਗਾ। ਸੋ ਹੁਣ ਵੈਸੇ ਜੇ ਦੇਖਿਆ ਜਾਵੇ ਆਪਣੇ ਜਿਹੜੇ ਬਹੁਤ ਸਾਰੇ ਲੋਕ ਆ, ਕੱਲ੍ਹ ਵੀ ਜਿੱਦਾਂ ਆਪਾਂ ਗੱਲ ਕਰ ਰਹੇ ਸੀ, ਹੋਰ ਵੀ ਕਈ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਆ ਔਖੇ ਸੌਖੇ ਹੋ ਕੇ ਜਿਹੜੇ ਇੱਥੇ ਪਹੁੰਚੇ ਆ, ਚਾਹੇ ਉਹ ਕਾਨੂੰਨੀ ਢੰਗ ਦੇ ਨਾਲ ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜਿੱਦਾਂ ਵੀ ਆ ਉਹ ਇੱਥੇ ਪਹੁੰਚੇ ਨੇ, ਉਹਨਾਂ ਨੇ ਵੀ ਇੱਦਾਂ ਦੇ ਹੀ ਜਿਹੜੇ ਬਹੁਤ ਸਾਰਿਆਂ ਦੇ ਜਿਹੜੇ ਆ ਉਹ ਕੇਸ ਲੱਗੇ ਨੇ, ਹੁਣ ਉਹਨਾਂ ਕੋਲ ਵਰਕ ਪਰਮਿਟ ਵੀ ਆ, ਕਈ ਅੱਗੇ ਤੋਂ ਅੱਗੇ ਸਿਟੀਜ਼ਨ ਤੱਕ ਦਾ ਵੀ ਜਿਹੜਾ ਰਾਹ ਆ ਉਹਨਾਂ ਦੇ ਉਹ ਅਪੜੇ ਆ। ਸੋ ਉਹ ਕੀ ਇਸ ਚੀਜ਼ ਦੇ ਬਾਬਤ ਜਿਹੜੇ ਉਹ ਸੋਚਦੇ ਹੋਣਗੇ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਲੈ ਕੇ ਲੋਕ ਡਿਵਾਈਡਡ ਨੇ ਵੀ ਕੀ ਜਿਹੜਾ ਆ ਇਹਨਾਂ ਦੇ ਨਾਲ ਕਿੱਦਾਂ ਦਾ ਸਲੂਕ ਜਿਹੜਾ ਹੋਣਾ ਚਾਹੀਦਾ ਆ। ਇੱਕ ਪਾਸੇ ਤਾਂ ਲੋਕ ਕਹਿੰਦੇ ਆ ਵੀ ਹਾਂ ਯਾਰ ਇੱਦਾਂ ਆਪਾਂ ਦਰਵਾਜ਼ੇ ਖੋਲ੍ਹ ਕੇ ਕਿਸੇ ਦੇ ਲਈ ਵੀ ਜਿਹੜਾ ਉਹ ਨਹੀਂ ਬੈਠ ਸਕਦੇ, ਅਤੇ ਦੂਜੇ ਪਾਸੇ ਕਈਆਂ ਨੂੰ ਜਿਹੜਾ ਆ ਫਿਰ ਇਹਨਾਂ ਦੇ ਉੱਤੇ ਤਰਸ ਵੀ ਆਉਂਦਾ ਆ
ਵੀ ਇਹਨਾਂ ਦੇ ਵਿੱਚ ਪਤਾ ਨਹੀਂ ਕਿੱਦਾਂ ਆ। ਅੱਜ ਹੀ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਬਿਆਨ ਆਇਆ, ਕਹਿੰਦੇ ਵੀ ਇਸ ਕਾਫਲੇ ਦੇ ਵਿੱਚ ਬਹੁਤ ਸਾਰੇ ਕ੍ਰਿਮੀਨਲਸ, ਹਾਰਡਨਡ ਕ੍ਰਿਮੀਨਲਸ ਅਤੇ ਡਰੱਗ ਟਰੈਫਿਕਰਸ ਜਿਹੜੇ ਆ ਉਹ ਜੁੜ ਚੁੱਕੇ ਨੇ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਇੱਕ ਬਿਆਨ ਦਿੱਤਾ ਆ। ਸੋ ਬਿਲਕੁਲ ਇਹ ਇੱਕ ਬਹੁਤ ਖਤਰੇ ਵਾਲੀ ਗੱਲ ਆ। ਸੋ ਬਿਲਕੁਲ ਮੈਂ ਵੀ ਇੱਕ ਕੱਲ੍ਹ ਰਿਪੋਰਟ ਦੇਖ ਰਿਹਾ ਸੀ, ਇੱਕ ਲੋਕਲ US ਦੀ ਜਰਨਲਿਸਟ ਜਿਹੜੀ ਆ ਉਹ ਕੈਰਾਵੈਨ ਜਿਹੜਾ ਇਹ ਕਾਫਲਾ ਆ ਰਿਹਾ ਉਹਦੇ ਵਿੱਚ ਉਹ ਉਹਨੂੰ ਜਿੱਦਾਂ ਲਾਈਵ ਕਵਰੇਜ ਕਰ ਰਹੀ ਸੀ, ਉਹ ਕਹਿੰਦੀ ਵੀ ਜਿਹੜੇ ਬਹੁਤ ਸਾਰੇ ਜਿਹੜੇ ਸਾਰਿਆਂ ਨੂੰ ਪਤਾ ਹੈ ਵੀ ਮੈਕਸੀਕੋ ਦੇ ਵਿੱਚ ਡਰੱਗ ਜਿਹੜੇ ਵਾਰਲੋਰਡ ਜਿਹੜੇ ਹੈਗੇ ਡਰੱਗ ਦੇ ਜਿਹੜੇ ਬੰਦੇ ਹੈਗੇ ਆ ਜਾਂ ਉਹ ਜਿਹੜੇ ਆ ਉਹਨਾਂ ਨੂੰ ਵਿੱਚ ਉਹ ਵਾੜ ਰਹੇ ਹੈਗੇ ਆ। ਇਸ ਤਰ੍ਹਾਂ ਉਹਨਾਂ ਨੇ ਦੱਸਿਆ ਸੀ ਵੀ ਕੁਛ ਕੁ ਹੋਰ ਕੰਟਰੀਆਂ ਤੋਂ ਵੀ ਜਿਹੜੇ ਹੈਗੇ ਆ ਉਹ ਪੈਸੇ ਲੈ ਕੇ ਉਹਦੇ ਵਿੱਚ ਜਿਹੜੇ ਉਹਨਾਂ ਨੂੰ ਇਸ ਕਾਫਲੇ 'ਚ ਵਾੜ ਰਹੇ ਤਾਂ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ USA ਦੇ ਵਿੱਚ ਐਂਟਰ ਕਰ ਜਾਣ। ਸੋ ਉਹਦੇ ਵਿੱਚ ਗੁਆਟੇਮਾਲਾ ਦੀ ਗਵਰਨਮੈਂਟ ਅਤੇ ਜਿਹੜੀ ਮੈਕਸੀਕੋ ਦੀ ਗਵਰਨਮੈਂਟ ਆ ਉਹ ਕਾਫੀ ਕਹਿੰਦੇ ਵੀ ਅਸੀਂ ਚੈੱਕ ਵੀ ਕਰ ਰਹੇ ਹਾਂ ਪਰ ਉਹ ਹੁਣ ਪਤਾ ਨਹੀਂ ਵਿਚਾਰੇ ਕੀ ਚੈੱਕ ਕਰਨਗੇ ਕਿਉਂਕਿ ਸਰਕਾਰਾਂ ਤਾਂ ਉੱਥੇ ਦੀਆਂ ਕਰਪਟ ਹੈਗੀਆਂ ਆ। ਸੋ ਨਾਲੇ ਉਹਨਾਂ ਕੋਲ ਇੰਨਾ ਇਨਫਰਾਸਟ੍ਰਕਚਰ ਹੈ ਵੀ ਨਹੀਂ ਜੇ ਆਪਾਂ ਦੇਖਿਆ ਜਾਵੇ। ਸੋ ਹੁਣ ਮੈਕਸੀਕੋ ਦੇ ਉੱਤੇ ਮੇਨ ਜਿਹੜੇ ਅਮਰੀਕਾ ਨੇ ਇੱਕ ਹਿਸਾਬ ਦੇ ਨਾਲ ਦਬਾਅ ਪਾ ਕੇ ਉਹਨਾਂ ਦੇ ਕੋਲੋਂ ਇਹ ਕੰਮ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਨੂੰ ਉੱਥੇ ਹੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਖੁਰਦ ਬੁਰਦ ਜਿਹੜਾ ਆ ਉਹਨਾਂ ਨੂੰ ਕੀਤਾ ਜਾਵੇ, ਉਰੇ ਪਰੇ ਜਿਹੜੇ ਲੋਕਾਂ ਨੂੰ ਜਿਹੜਾ ਕਰ ਦਿੱਤਾ ਜਾਵੇ। ਇੱਕ ਜਿਹੜੀ ਕੱਲ੍ਹ ਹੋਰ ਵੀ ਕਈ ਤਸਵੀਰਾਂ ਹਰਜੋਤ ਸਿੰਘ ਜੀ ਵਾਇਰਲ ਜਿਹੜੀਆਂ ਹੋ ਰਹੀਆਂ ਸੀ ਵੀ ਉੱਥੇ ਜਿਹੜੀ ਰਾਇਟ ਪੁਲਿਸ ਹੁੰਦੀ ਆ ਮੈਕਸੀਕੋ ਦੇ ਵਿੱਚ ਉਹ ਕਾਫਲੇ ਦੇ ਨਾਲ ਨਾਲ ਜਿਹੜੀ ਉਹ ਜਾ ਰਹੀ ਆ, ਉੱਥੋਂ ਦੇ ਅਧਿਕਾਰੀਆਂ ਨੂੰ ਜਦ ਪੁੱਛਿਆ ਗਿਆ ਵੀ ਇਹਦੀ ਜਿਹੜੀ ਤੁਹਾਨੂੰ ਉੱਥੇ ਕੀ ਜਿਹੜੀ ਉਸਦੀ ਲੋੜ ਹੈਗੀ, ਇਹ ਤਾਂ ਅਮਰੀਕਾ ਵੱਲ ਨੂੰ ਇੱਕ ਹਿਸਾਬ ਦੇ ਨਾਲ ਲੰਘ ਰਿਹਾ, ਕਹਿੰਦੇ ਪਰ ਫਿਰ ਵੀ ਸਾਨੂੰ ਆਪਣੀ ਜਿਹੜੀ ਪਬਲਿਕ ਦੀ ਸੇਫਟੀ ਲਈ ਇਹ ਸਾਰਾ ਕੁਛ ਕਰਨਾ ਪੈ ਰਿਹਾ। ਅਤੇ ਉਹਨਾਂ ਨੇ ਇੱਕ ਚੀਜ਼ ਉਸ ਦੇ ਵਿੱਚ ਕਲੀਅਰ ਕੀਤੀ, ਕਹਿੰਦੇ ਕਿਸੇ ਵੀ ਪੁਲਿਸ ਅਧਿਕਾਰੀ ਦੇ ਕੋਲ ਜਿਹੜੇ ਰਾਇਟ ਗੇਅਰ ਦੇ ਵਿੱਚ ਆ ਉਹਨਾਂ ਦੇ ਕੋਲ ਲਾਈਵ ਐਮੂਨੇਸ਼ਨ ਜਿਹੜੀ ਉਹ ਨਹੀਂ ਸੀ, ਕੋਈ ਕੋਲ ਵੀ ਬੰਦੂਕ ਜਾਂ ਅਸਲਾ ਜਿਹੜਾ ਉਹ ਨਹੀਂ ਸੀ, ਸਿਰਫ ਤੋਂ ਸਿਰਫ ਇੱਕ ਹਿਸਾਬ ਨਾਲ ਕਹਿ ਲਓ ਵੀ ਡੰਡੇ ਲੈ ਕੇ ਜਿਹੜੇ ਉਹਨਾਂ ਦੇ ਨਾਲ ਨਾਲ ਜਿਹੜੇ ਉਹ ਤੁਰੇ ਜਾ ਰਹੇ ਸੀਗੇ। ਸੋ ਜੇ ਹਿਊਮੈਨੀਟੇਰੀਅਨ ਵੀਜ਼ੇ ਜਿਹੜੇ ਇਹਨਾਂ ਨੂੰ ਹਰਜੋਤ ਸਿੰਘ ਜੀ ਮੈਕਸੀਕੋ ਵਾਲੇ ਦੇ ਕੇ ਅੱਗੇ ਜਿਹੜੇ ਉਹ ਆਉਣ ਦੇਣ ਦੀ ਕਰਦੇ ਨੇ ਤਾਂ ਅਮਰੀਕਾ ਅਤੇ ਮੈਕਸੀਕੋ ਦੇ ਸੰਬੰਧਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇੱਕ ਤਣਾਅ ਵਧੂਗਾ ਅਤੇ ਖਟਾਸ ਜਿਹੜੀ ਉਹ ਬਹੁਤ ਜ਼ਿਆਦਾ ਵਧੂਗੀ। ਹੁਣੇ ਔਖੇ ਸੌਖੇ ਹੋ ਕੇ ਤਾਂ ਪਿਛਲੇ ਜਿਹੜੇ ਮਹੀਨੇ ਦੇ ਵਿੱਚ ਮਸਾਂ ਹੀ ਜਿਹੜੀ USMCA ਡੀਲ ਜਿਹੜੀ ਆ ਉਹ ਬਣੀ ਹੈ, ਜਿਸ ਦੇ ਵਿੱਚ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਟ੍ਰੇਡ ਡੀਲ ਹੋਈ ਆ। ਬਿਲੀਅਨਸ ਆਫ ਡੋਲਰ ਦਾ ਜਿਹੜਾ ਇੰਪੋਰਟ ਐਕਸਪੋਰਟ ਦਾ ਜਿਹੜਾ ਬਿਜ਼ਨਸ ਆ ਮੈਕਸੀਕੋ ਦਾ ਅਮੈਰੀਕਾ ਦੇ ਨਾਲ ਆ, ਅਤੇ ਜੇ ਅੱਜ ਆਪਣੇ ਇਸ ਉੱਤਰੀ ਗੁਆਂਢੀ ਨੂੰ ਉਹ ਔਖਾ ਕਰਦੇ ਨੇ ਮੈਕਸੀਕੋ ਵਾਲੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਜਿਹੜਾ ਉਹ ਪੈ ਸਕਦਾ ਆ। ਅਤੇ ਜਿਹੜੇ ਨਵੇਂ ਉੱਥੇ ਰਾਸ਼ਟਰਪਤੀ ਆਉਣੇ ਆ ਉਹਨਾਂ ਲਈ ਤਾਂ ਪਹਿਲਾਂ ਹੀ ਜਿਹੜੀਆਂ ਮੁਸ਼ਕਲਾਂ ਉਹ ਨਵੀਆਂ ਖੜੀਆਂ ਹੋ ਜਾਣੀਆਂ। ਬਿਲਕੁਲ। ਸੋ ਜਿਹੜੀ ਅਗਲੀ ਖਬਰ ਬਾਅਦ ਚੱਲੀ ਹੈ, ਜਿਹੜੇ ਮਈ ਦੇ ਵਿੱਚ US ਦੇ ਜਿਹੜੇ ਅਟੋਰਨੀ ਜਨਰਲ ਆ ਜੈਫ ਸੈਸ਼ਨਸ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਸਾਡੀ ਜਿਹੜੀ ਪੋਲਿਸੀ ਆ ਉਹ ਜ਼ੀਰੋ ਟੋਲਰੈਂਸ ਪੋਲਿਸੀ ਹੈਗੀ ਆ ਜੇ ਕੋਈ ਵੀ ਬੰਦਾ ਇਲੀਗਲੀ US ਦੇ ਵਿੱਚ ਐਂਟਰ ਕਰਦਾ ਹੈਗਾ। ਅਤੇ ਉਸ ਟਾਈਮ ਦੇ ਉੱਤੇ 1000 ਦੇ ਕਰੀਬ ਜਿਹੜੇ ਆ ਡਿਟੇਨੀ ਜਿਹੜੇ ਆ US ਵੱਲੋਂ ਅਰੈਸਟ ਕਰਕੇ ਉਹਨਾਂ ਨੂੰ ਜਿਹੜੀਆਂ ਫੈਡਰਲ ਪ੍ਰਿਜ਼ਨਸ ਹੈਗੀਆਂ ਉਹਨਾਂ ਦੇ ਵਿੱਚ ਪਾਇਆ ਗਿਆ ਸੀ, ਉਹਨਾਂ ਦੇ ਵਿੱਚ ਰੱਖਿਆ ਗਿਆ ਸੀ। ਸੋ 1600 ਦੇ ਕਰੀਬ ਇਮੀਗ੍ਰੈਂਟ ਡਿਟੇਨੀ ਜਿਹੜੇ ਆ 5 ਫੈਡਰਲ ਜਿਹੜੀਆਂ ਜੇਲ੍ਹਾਂ ਆ ਟੈਕਸਸ, ਓਰੇਗਨ, ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਐਰੀਜ਼ੋਨਾ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ। ਉਹ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਪੂਰੇ USA ਨਹੀਂ ਵਰਲਡ ਦੇ ਵਿੱਚ ਰੌਲਾ ਪਿਆ ਸੀ ਵੀ ਕਿਸ ਤਰ੍ਹਾਂ ਕਈ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਜੇਲ੍ਹਾਂ 'ਚ ਰੱਖਿਆ ਗਿਆ। ਅਤੇ ਹੁਣ ਆਈਸ ਵਾਲੇ ਸੋਚ ਰਹੇ ਆ ਵੀ ਅਸੀਂ ਜਿਹੜੀਆਂ ਫੈਡਰਲ ਪ੍ਰਿਜ਼ਨਸ ਆ ਉਹ ਨਹੀਂ ਯੂਜ਼ ਕਰਾਂਗੇ ਆਪਾਂ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਰੱਖਣ ਦੇ ਲਈ, ਮੇ ਬੀ ਉਹਨਾਂ ਨੂੰ ਡਿਫਰੈਂਟ ਕਾਈਂਡ ਦੀਆਂ ਜਿਹੜੀਆਂ ਜੇਲਸ ਆ ਉੱਥੇ ਰੱਖਣਗੇ। ਸੋ ਇਸ ਟਾਈਮ ਕਹਿੰਦੇ ਐਜ਼ ਆਫ ਨਾਓ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਕਹਿ ਰਹੇ ਆ ਵੀ ਕੋਈ ਵੀ ਜਿਹੜਾ ਫੈਡਰਲ ਪ੍ਰਿਜ਼ਨ ਜਿਹੜੀ ਹੈਗੀ ਹੈ ਇੱਕ ਵਿਕਟਰਵਿਲ ਕੈਲੀਫੋਰਨੀਆ 'ਚ, ਸੀ ਟੈਕ ਜਿਹੜੀ ਵਾਸ਼ਿੰਗਟਨ ਸਟੇਟ 'ਚ ਅਤੇ ਲਾ ਟੂਨਾ ਟੈਕਸਸ ਸਟੇਟ ਜਾਂ ਫੀਨਿਕਸ ਦੇ ਵਿੱਚ ਕੋਈ ਵੀ ਜਿਹੜਾ ਅਨਡਾਕੂਮੈਂਟਡ ਬੰਦਾ ਨਹੀਂ ਰੱਖਿਆ ਗਿਆ। ਜੀ ਜੀ ਅਤੇ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਆਪਾਂ ਹੋਰ ਖਬਰਾਂ ਵੱਲ ਦੱਸੀਏ, ਵੀਜ਼ਾ ਬੁਲੇਟਿਨ ਦੇ ਉੱਤੇ ਜਿਹੜੀ ਆ ਉਹ ਆਪਾਂ ਨਜ਼ਰ ਮਾਰਦੇ ਹਾਂ। ਨਵੰਬਰ ਦੀ ਜਿਹੜੀ ਵੀਜ਼ਾ ਬੁਲੇਟਿਨ 2018 ਦੇ ਲਈ ਆਲਰੇਡੀ ਜਿਹੜੀ ਆ ਚੁੱਕੀ ਆ। ਸੋ ਜਿਹੜੇ USCIS ਵਾਲੇ ਆ ਉਹਨਾਂ ਦੇ ਮੁਤਾਬਕ ਜਿਹੜੀਆਂ ਤਰੀਕਾਂ ਆ ਉਹ ਤੁਹਾਨੂੰ ਦੱਸ ਜਾਈਏ। ਜਿਹੜੇ ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ ਲਈ ਅਤੇ ਸਪਾਊਸਿਸ, ਚਿਲਡਰਨ, ਅਨਮੈਰਿਡ ਸਨਸ ਐਂਡ ਡੋਟਰਸ ਆਫ ਪਰਮਾਨੈਂਟ ਰੈਜੀਡੈਂਟਸ ਜਿਹੜੇ ਜਿਹਦਾ F1 ਕੈਟਾਗਰੀ ਆਉਂਦੀ ਆ ਉਹਨਾਂ ਦੇ ਲਈ ਜਿਹੜੀ ਡੇਟ ਫੋਰ ਫਾਈਲਿੰਗ ਜਿਹੜੀ ਆ ਉਹ ਇਸ ਟਾਈਮ 8 ਮਾਰਚ 2012 ਜਿਹੜੀ ਆ
ਉਹ ਹੋ ਚੁੱਕੀ ਆ। ਸੋ ਜਿਨ੍ਹਾਂ ਜਿਨ੍ਹਾਂ ਦੇ ਵੀ ਇਸ ਤਰੀਕਾਂ ਦੀਆਂ ਜਿਹੜੀਆਂ ਆ ਰਹੀਆਂ, ਕਹਿੰਦੇ ਵੀ ਉਹ ਆਪਣੇ ਜਿਹੜੇ ਡਾਕੂਮੈਂਟਸ ਇਕੱਤਰ ਕਰਕੇ ਜਿਹੜੇ ਇਹਨਾਂ ਨੂੰ ਹੁਣ ਘੱਲਣੇ ਸ਼ੁਰੂ ਕਰ ਸਕਦੇ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਪਰਮਾਨੈਂਟ ਰੈਜੀਡੈਂਟਸ ਦੇ ਜਿਹੜੇ ਸਪਾਊਸਿਸ, ਜਿਹੜੇ ਲਾੜੇ ਲਾੜੀਆਂ ਇੱਕ ਹਿਸਾਬ ਦੇ ਨਾਲ, ਅਤੇ ਜਿਹੜੇ ਉਹਨਾਂ ਦੇ ਬੱਚੇ ਆ, ਉਹਨਾਂ ਦੇ ਲਈ ਜਿਹੜੀ ਡੇਟ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਹੀ ਆ, 1 ਦਸੰਬਰ 2017 ਜਿਹੜੀ ਆ ਉਹ ਇੰਡੀਆ ਦੇ ਲਈ ਡੇਟ ਚੱਲ ਰਹੀ ਆ। ਇਸੇ ਤਰੀਕੇ ਦੇ ਨਾਲ F2B ਜਿਹੜੀ ਕੈਟਾਗਰੀ ਹੈਗੀ ਆ, ਜਿਸ ਦੇ ਵਿੱਚ ਜਿਹੜੇ ਅਣਵਿਆਹੇ ਮੁੰਡੇ ਕੁੜੀਆਂ ਹੈਗੇ ਨੇ ਪਰਮਾਨੈਂਟ ਰੈਜੀਡੈਂਟਸ ਦੇ, ਜਿਨ੍ਹਾਂ ਦੀ ਉਮਰ 21 ਸਾਲ ਤੋਂ ਜਾਂ ਉਸ ਤੋਂ ਵਧੇਰੇ ਹੈਗੀ ਆ, ਉਹਨਾਂ ਦੇ ਲਈ ਜਿਹੜੀ F2B ਦੇ ਲਈ ਤਰੀਕ 22 ਮਾਰਚ 2014 ਉਹ ਚੱਲ ਰਹੀ ਆ। ਇਸੇ ਤਰੀਕੇ ਦੇ ਨਾਲ F3 ਕੈਟੇਗਰੀ US ਸਿਟੀਜ਼ਨਸ ਦੇ ਜਿਹੜੇ ਵਿਆਹੇ ਮੁੰਡੇ ਕੁੜੀਆਂ ਹੈਗੀਆਂ, ਉਹਨਾਂ ਦੇ ਲਈ ਜਿਹੜੀ ਤਰੀਕ ਡੇਟ ਆ 8 ਜਨਵਰੀ 2007 ਚੱਲ ਰਹੀ ਆ। ਅਤੇ ਇਸੇ ਤਰੀਕੇ ਦੇ ਨਾਲ F4 ਕੈਟੇਗਰੀ ਜਿਹੜੀ ਕਿ US ਸਿਟੀਜ਼ਨਸ ਦੇ ਭੈਣ ਭਰਾ ਦੇ ਲਈ ਰਹਿੰਦੀ ਆ, ਉਸ ਦੇ ਲਈ ਤਰੀਕ 1 ਜਨਵਰੀ 2005 ਜਿਹੜੀ ਆ ਉਹ ਚੱਲ ਰਹੀ ਆ। ਸੋ ਇਹ ਜਿਹੜੀ ਡੇਟ ਫਾਰ ਫਾਈਲਿੰਗ ਜਿਹੜੇ ਫੈਮਿਲੀ ਸਪੋਂਸਰਡ ਵੀਜ਼ਾ ਐਪਲੀਕੇਸ਼ਨ ਜਿਹੜੀਆਂ ਹੈਗੀਆਂ US ਸਿਟੀਜ਼ਨ ਅਤੇ ਪਰਮਾਨੈਂਟ ਰੈਜੀਡੈਂਟ ਦੇ ਨਾਲ ਸੰਬੰਧਿਤ, ਉਹ ਇਸ ਮੌਕੇ ਇਹ ਚੱਲ ਰਹੀਆਂ ਆ। ਸੋ ਜਿਨ੍ਹਾਂ ਜਿਨ੍ਹਾਂ ਦੀਆਂ ਵੀ ਇਹ ਤਰੀਕਾਂ ਆ ਰਹੀਆਂ ਆ, ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਦੇ ਵਿੱਚ ਐਪਲੀਕੇਸ਼ਨ ਭਰੀਆਂ, ਉਹ ਆਪੋ ਆਪਣੇ ਡਾਕੂਮੈਂਟਸ ਜਿਹੜੇ ਆ ਉਹ ਇਕੱਤਰ ਕਰਨੇ ਸ਼ੁਰੂ ਕਰ ਸਕਦੇ ਨੇ। ਜੀ ਬਿਲਕੁਲ। ਸੋ ਜਿਹੜਾ ਇਮੀਗ੍ਰੇਸ਼ਨ ਦਾ ਮਾਮਲਾ ਇਹ ਬਹੁਤ ਗਰਮਾਇਆ ਆ, ਅਤੇ ਲੀਗਲ ਇਮੀਗ੍ਰੇਸ਼ਨ ਜਿਹੜੀ ਆ, ਚਾਹੇ ਤੁਸੀਂ ਕੋਈ ਕਿਸੇ ਦਾ ਵਿਆਹ ਹੁੰਦਾ ਆ ਜਾਂ ਕੋਈ ਸਿਟੀਜ਼ਨ ਬਣਦਾ, ਉਹ ਐਪਲੀਕੇਸ਼ਨਾਂ ਵੀ ਜਿਹੜੀਆਂ ਕਾਫੀ ਡਿਲੇ ਚੱਲ ਰਹੀਆਂ ਹੈਗੀਆਂ। ਬਿਲਕੁਲ ਬਿਲਕੁਲ। ਸੋ ਜੇ ਕਿਸੇ ਨੇ ਰੀਨਿਊਅਲ ਕਰਨਾ ਆ ਗ੍ਰੀਨ ਕਾਰਡ ਦੇ ਲਈ, ਜਿਨ੍ਹਾਂ ਦਾ 2 ਸਾਲ ਤੋਂ ਬਾਅਦ ਦੇ ਵਿੱਚ ਜਿਹੜਾ ਆਪਸ਼ਨ ਹੁੰਦੀ ਆ ਵੀ ਕੰਡੀਸ਼ਨਸ ਹਟਾਉਣ ਵਾਲੀ, ਉਸ ਦੇ ਲਈ 18 ਤੋਂ 24 ਮਹੀਨੇ ਦੀ ਡਿਲੇਅ ਜਿਹੜਾ ਕੈਲੀਫੋਰਨੀਆ ਦੇ ਸਰਵਿਸ ਸੈਂਟਰ ਦੇ ਵਿੱਚ ਈਜ਼ੀਲੀ ਲੱਗ ਰਿਹਾ। ਸੋ ਜੇ ਕਿਸੇ ਨੇ ਕੀਤਾ ਆ, ਅਪਲਾਈ ਕੀਤਾ, ਤਾਂ ਉਹਨਾਂ ਨੂੰ ਇਹ ਹੈਗਾ ਵੀ ਇੱਕ ਤੁਹਾਨੂੰ ਨੋਟਿਸ ਜਿਹੜਾ ਆ ਉਹ ਵਾਪਸ ਜਿਹੜਾ ਉਹ ਤੁਹਾਨੂੰ ਘੱਲ ਦੇਣਗੇ, ਜਿਹਦੇ ਵਿੱਚ ਤੁਹਾਨੂੰ ਤਕਰੀਬਨ ਕਿਸੇ ਨੂੰ 12 ਨੂੰ ਕਿਸੇ ਨੂੰ 18 ਮਹੀਨੇ ਦੀ ਉਸ ਦੇ ਵਿੱਚ ਮੌਲਤ ਹੁੰਦੀ ਹੈ। ਤੁਸੀਂ ਟਰੈਵਲ ਵੀ ਵੈਸੇ ਉਸ ਨੋਟਿਸ ਦੇ ਉੱਤੇ ਕਰ ਸਕਦੇ ਹੋ, ਪਰ ਆਪਣਾ ਇੱਕ ਮੇਕ ਸ਼ੋਰ ਕਰਨਾ ਵੀ ਜਿਹੜਾ ਤੁਹਾਡਾ ਐਕਸਪਾਇਰਡ ਗ੍ਰੀਨ ਕਾਰਡ ਆ ਉਹ ਵੀ ਹਮੇਸ਼ਾ ਤੁਹਾਡੇ ਨਾਲ ਜਿਹੜਾ ਉਹ ਰਹੇ ਜੇ ਤੁਸੀਂ ਟਰੈਵਲ ਉਸ ਸਮੇਂ ਦੇ ਦੌਰਾਨ ਕਰਨਾ ਚਾਹੁੰਦੇ ਆ। ਅਤੇ ਇੱਦਾਂ ਹੀ ਜੇ ਕਿਸੇ ਨੇ ਸਿਟੀਜ਼ਨ ਬਣਨਾ ਹੈ ਗ੍ਰੀਨ ਕਾਰਡ ਵਾਲੇ ਜਿਹੜੇ ਐਲੀਜੀਬਲ ਨੇ, ਉਹਨਾਂ ਦੇ ਲਈ ਵੀ ਜਿਹੜੇ ਆ ਸਾਲ ਤੋਂ ਉੱਤੇ ਦੀ ਜਿਹੜੀ ਵੇਟ ਆ ਈਜ਼ੀਲੀ ਜਿਹੜੀ ਆ ਉਹ ਚੱਲ ਰਹੀ ਆ। ਵੀ ਪਹਿਲਾਂ ਤੁਹਾਡੇ ਸਾਰੀ ਐਪਲੀਕੇਸ਼ਨ ਰਿਵਿਊ ਹੋਊਗੀ, ਸਾਰਾ ਕੁਛ ਕਰਨ ਤੋਂ ਬਾਅਦ 'ਚ ਫਿਰ ਤੁਹਾਨੂੰ ਜਿਹੜਾ ਓਥ ਸੈਰੇਮਨੀ ਵਾਲੇ ਤੱਕ, ਜੇ ਫਿਰ ਤੁਹਾਡੀ ਇੰਟਰਵਿਊ ਆਊਗੀ ਜਦੋਂ ਪਾਸ ਹੋ ਜੂਗੇ, ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਓਥ ਦੇ ਲਈ ਜਿਹੜਾ ਸਮਾਂ ਲੱਗੂਗਾ, ਸਾਲ ਤੋਂ ਵੱਧ ਦਾ ਸਮਾਂ ਇਸ ਪੂਰੇ ਪ੍ਰੋਸੈਸ ਨੂੰ ਜਿਹੜਾ ਲੱਗ ਰਿਹਾ ਆ। ਇਸ ਦੇ ਪਿੱਛੇ ਕਾਰਨ ਇਹੀ ਆ ਹਰਜੋਤ ਸਿੰਘ ਜੀ ਵੀ ਰਾਈਟ ਨਾਓ ਜਿਹੜਾ ਵੀ USCIS ਦਾ ਜਿਹੜਾ ਜ਼ੋਰ ਆ ਪ੍ਰਸ਼ਾਸਨ ਦੇ ਕਹਿਣ ਦੇ ਉੱਤੇ, ਉਹ ਲੋਕਾਂ ਦੀਆਂ ਉਹ ਜਿਹੀਆਂ ਐਪਲੀਕੇਸ਼ਨ ਦੇ ਵੱਲ ਲੱਗਾ ਹੋਇਆ ਆ ਵੀ ਇਹਨਾਂ ਨੂੰ ਇੱਥੋਂ ਬਾਹਰ ਕਿੱਦਾਂ ਕੱਢਣਾ ਹੈ। ਜੀ ਬਿਲਕੁਲ। ਸੋ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਹਰ ਇੱਕ ਜਿਹੜਾ ਬੰਦਾ ਇਸ USA ਦੇ ਵਿੱਚ ਐਜ਼ ਏ ਇਮੀਗ੍ਰੈਂਟ ਆਇਆ ਆ, ਉਹਨੂੰ ਇਹ ਅਸਰ ਕਰ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਚੇਂਜਸ ਇਮੀਗ੍ਰੇਸ਼ਨ ਦੇ ਵਿੱਚ ਹੋਣਗੀਆਂ, ਇਹ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਸੀ। ਹੋ ਸਕਦਾ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਆ ਉਹ ਬੰਦ ਵੀ ਹੋ ਜਾਵੇ, ਕਿਉਂਕਿ ਉਹ ਕਹਿੰਦੇ ਆ ਵੀ ਜਿਹੜਾ ਇਮੀਗ੍ਰੇਸ਼ਨ ਆ ਉਹ ਮੈਰਿਟ ਬੇਸਡ ਹੋਣੀ ਚਾਹੀਦੀ ਹੈਗੀ ਆ। ਅਤੇ ਹੁਣ ਜਿਹੜੇ ਡੈਮੋਕ੍ਰੇਟ ਆ, ਲੱਗਦਾ ਵੀ ਇਲੈਕਸ਼ਨ ਤੋਂ ਬਾਅਦ ਇਸ ਇਸ਼ੂ ਦੇ ਉੱਤੇ ਵਰਕਆਊਟ ਜ਼ਰੂਰ ਕਰਨਗੇ। ਇਹ ਚਾਹੀਦਾ ਆ ਦੋਨਾਂ ਹੀ ਜਿਹੜੀਆਂ ਪਾਰਟੀਆਂ ਨੂੰ ਮਿਲ ਕੇ ਕੁਛ ਨਾ ਕੁਛ ਜਿਹੜਾ ਕਰ ਲੈਣ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਮਸਲਾ ਹੱਲ, ਕਿਉਂਕਿ ਨਹੀਂ ਤਾਂ ਫਿਰ ਇਹ ਇੱਕ ਗੱਲ ਜਿਹੜੀ ਆ ਜ਼ਰੂਰ ਹਰਜੋਤ ਸਿੰਘ ਜੀ ਹੈਗੀ ਆ, ਹਰ ਵਾਰੀ ਇਲੈਕਸ਼ਨ ਦੇ ਦੌਰਾਨ ਇਹ ਮਸਲੇ ਜਿਹੜੇ ਉੱਠਣਗੇ, ਫਿਰ ਜਿਹੜੇ ਆ ਉਸੇ ਤਰੀਕੇ ਦੇ ਨਾਲ ਸ਼ਾਂਤ ਹੋ ਜਾਣਗੇ। ਅਤੇ ਸੋ ਸਿਆਸਤ ਇੱਥੇ ਦੀ ਅਤੇ ਫਿਰ ਕਿਸੇ ਹੋਰ ਮੁਲਕ ਦੀ ਦੇ ਵਿੱਚ ਫਿਰ ਕੋਈ ਫਰਕ ਜਿਹੜਾ ਆ ਉਹ ਨਜ਼ਰ ਨਹੀਂ ਆਉਂਦਾ। ਹਰ ਇੱਕ ਜਣਾ ਆਪਣੇ ਪੱਧਰ ਦੇ ਉੱਤੇ ਕਹੀ ਤਾਂ ਜਾਂਦਾ ਵੀ ਮੈਂ ਤਾਂ ਬਹੁਤ ਟਰਾਈ ਜਿਹੜੇ ਆ ਕਰ ਰਿਹਾ, ਅਸੀਂ ਵੀ ਟਰਾਈ ਕਰ ਰਹੇ ਹਾਂ, ਦੋਨੋਂ ਪਾਰਟੀਆਂ ਇਹੀ ਜਿਹੜੀਆਂ ਉਹ ਕਹਿੰਦੀਆਂ ਆ, ਪਰ ਕਿਸੇ ਪਾਸੇ ਤਣ ਪੱਤਣ ਜਿਹੜੀ ਆ ਉਹ ਗੱਲ ਲੱਗਦੀ ਉਹਨੀ। ਜੀ ਇੱਕ ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਆ ਵੀ ਇੱਕ ਜਿਹੜਾ ਅਨਡਾਕੂਮੈਂਟਡ ਇਮੀਗ੍ਰੈਂਟ ਸੀਗਾ ਅਤੇ ਉਸਨੇ ਆਪਣੀ ਕਾਰ ਜਿਹੜੀ ਇੱਕ ਜਗ੍ਹਾ ਪਾਰਕ ਕੀਤੀ ਹੋਈ ਸੀ ਅਤੇ ਆਈਸ ਵਾਲਿਆਂ ਨੇ ਉਸ ਦੀ ਕਾਰ ਨੂੰ ਜਿਹੜਾ ਆ ਥੱਲੇ ਜਿਹੜਾ ਲੌਕ ਲਾ ਦਿੱਤਾ, ਜਦੋਂ ਵਾਪਸ ਆਇਆ ਅਤੇ ਉਸ ਦੀ ਕਾਰ ਨੂੰ ਜਿਹੜਾ ਲੌਕ ਲੱਗਾ ਹੋਇਆ ਸੀ। ਸੋ ਇਹਦਾ ਮਤਲਬ ਇਹ ਆ ਵੀ ਉਹ ਉਹਨੂੰ ਜਿਹੜੇ ਆ ਫੋਲੋ ਅਪ ਕਰ ਰਹੇ ਸੀ। ਇਹ ਜਿਹੜਾ ਹੈਗਾ ਕਾਰਲਸਵਰਡ ਤੋਂ ਹੈਗਾ ਅਤੇ ਬੰਦੇ ਦਾ ਨਾਂ ਜਿਹੜਾ ਇਮੀਗ੍ਰੇਸ਼ਨ ਅਟੋਰਨੀ ਨਾਰਸੀਸੋ ਕਰੂਜ਼ ਨੇ ਇਹ ਦੱਸਿਆ ਹੈਗਾ ਵੀ ਇਸ ਤਰ੍ਹਾਂ ਵੀ ਜਿਹੜਾ ਹੋ ਰਿਹਾ ਹੈਗਾ।
ਅਤੇ ਦੂਸਰਾ ਜਿਹੜਾ ਅੱਜ ਕੱਲ੍ਹ ਯੂਜ਼ਲੀ ਜਿਹੜੇ ਆ ਜਿਨ੍ਹਾਂ ਨੂੰ ਜਿਹੜੇ ਇਮੀਗ੍ਰੈਂਟਸ ਜਾਂ ਡਾਕੂਮੈਂਟ ਹੈਗੇ ਆ ਜਦੋਂ ਉਹਨਾਂ ਨੂੰ ਬੇਲ 'ਤੇ ਛੱਡਿਆ ਜਾਂਦਾ, ਹੁਣ ਮਜੋਰਟੀ ਦੇ ਜਿਹੜੇ ਮਜੋਰਟੀ ਨਹੀਂ ਕਹਿੰਦੇ ਆ ਲਗਭਗ 100% ਜਿਹੜੇ ਲੋਕ ਛੱਡੇ ਜਾਂਦੇ ਆ ਉਹਨਾਂ ਦੀ ਲੱਤ ਦੇ ਵਿੱਚ ਜਿਹੜਾ ਆ ਲੌਕ ਪਾਇਆ ਜਾਂਦਾ ਹੈਗਾ ਆ ਉਹ, ਅਤੇ ਉਹ ਫਿਰ ਕਈ ਟਾਈਮ ਜਿਹੜਾ ਉਹ ਲੱਗਾ ਰਹਿੰਦਾ ਹੈਗਾ ਆ ਮੋਨੀਟਰਿੰਗ ਸਿਸਟਮ, ਅਤੇ ਜਦੋਂ ਫਿਰ ਤੁਹਾਡਾ ਕੋਈ ਨਾ ਕੋਈ ਅਪਰੂਵਲ ਹੁੰਦਾ ਆ ਅਤੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਆ ਉਹਨੂੰ ਛੱਡਿਆ ਜਾਂਦਾ ਹੈਗਾ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ, ਇਹ ਵੀ ਪਤਾ ਲੱਗਾ ਵੀ ਉਹ ਵੀ ਇਲੀਗਲੀ ਜਿਹੜਾ US ਦੇ ਵਿੱਚ ਐਂਟਰ ਹੋ ਕੇ ਆ ਰਹੇ ਆ। ਕਈ ਜਿਹੜੀਆਂ ਪ੍ਰਿਜ਼ਨਸ ਹੈਗੀਆਂ ਜੇਲ੍ਹਾਂ ਉਹਨਾਂ ਤੋਂ ਖਬਰਾਂ ਆ ਰਹੀਆਂ ਵੀ 100 ਦੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ ਉਹ ਜੇਲ੍ਹਾਂ ਦੇ ਵਿੱਚ ਹੈਗੇ ਆ। ਇੱਕ ਜੇਲ੍ਹ ਤੋਂ ਤਾਂ ਇਹ ਵੀ ਖਬਰ ਆ ਰਹੀ ਸੀ ਵੀ 1400 ਦੇ ਕਰੀਬ ਜਿਹੜੇ ਲੋਕ ਹੈਗੇ ਆ ਇੱਕ ਜੇਲ੍ਹ ਦੇ ਵਿੱਚ ਹੈਗੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਜੇ ਸਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਦੇ ਉੱਤੇ, ਆਪਣੇ ਜਿਹੜੇ ਹੋਰ ਕੋਈ ਪੰਜਾਬੀ ਭੈਣ ਭਰਾ ਇਸ ਤਰ੍ਹਾਂ ਆਏ ਆ ਉਹਨਾਂ ਦੇ ਉੱਤੇ ਕੋਈ ਜਿਹੜੀ ਖਬਰ ਆਈ ਤਾਂ ਉਹ ਵੀ ਜ਼ਰੂਰ ਦੱਸਾਂਗੇ। ਪਰ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹਾਂ, ਚਾਹੇ ਤੁਸੀਂ USA ਸੁਣ ਰਹੇ ਹਾਂ, ਆਲ ਓਵਰ ਦੀ ਵਰਲਡ ਸੁਣ ਰਹੇ ਹਾਂ, ਇਮੀਗ੍ਰੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ USA ਦੇ ਵਿੱਚ ਟਾਈਟ ਹੋਣ ਜਾ ਰਹੀ ਹੈਗੀ ਆ, ਆਲਰੇਡੀ ਟਾਈਟ ਹੈਗੀ ਆ। ਅਤੇ ਜਿਸ ਤਰ੍ਹਾਂ ਇਹ ਕਾਫਲਿਆਂ ਦਾ ਜਾਂ ਕੈਰਾਵੈਨ ਦਾ ਰੌਲਾ ਪੈਂਦਾ ਹੈਗਾ ਆ, ਹੋ ਸਕਦਾ ਵੀ US ਵਾਲੇ ਆਰਮੀ ਵੀ ਲਾ ਦੇਣ ਬਾਰਡਰ 'ਤੇ, ਜਿਸ ਤਰ੍ਹਾਂ ਪ੍ਰੈਜੀਡੈਂਟ ਟਰੰਪ ਨੇ ਕਿਹਾ ਸੀ, ਕਿਉਂਕਿ ਪੋਲੀਟੀਕਲੀ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੋਣਾ ਆ ਜੇ ਉਹ ਆਰਮੀ ਲਾਉਂਦੇ ਆ। ਪਰ ਦੇਖੋ ਹਰਜੋਤ ਸਿੰਘ ਜੀ, ਕਈ ਬਹੁਤ ਸਾਰੇ ਲੋਕ ਆਪਣੇ ਜਿਹੜੇ ਦੱਸ ਵੀ ਰਹੇ ਆ ਵੀ ਕਹਿੰਦੇ ਬਹੁਤ ਸਾਰੇ ਲੋਕਾਂ ਨੇ ਬਾਰਡਰ ਟੱਪੇ ਵੀ ਆ, ਇਹ ਨਹੀਂ ਆ ਵੀ ਇਹਦੇ ਵਿੱਚ ਬਿਲਕੁਲ ਰੋਕ ਲੱਗ ਗਈ ਜੇ ਕੰਧ ਬਣ ਵੀ ਗਈ, ਇਹ ਨਾ ਸਮਝਣ ਲੋਕ ਵੀ ਲੋਕਾਂ ਨੇ ਬਾਰਡਰ ਟੱਪਣੇ ਜਿਹੜੇ ਉਹ ਛੱਡ ਦੇਣਗੇ, ਬਸ ਇੱਕ ਦਿਖਾਵੇ ਦੇ ਲਈ ਆ ਵੀ ਹਾਂ ਵੀ ਅਸੀਂ ਕੰਧ ਜਿਹੜੀ ਉਹ ਬਣਾਤੀ ਆ, ਇੱਕ ਤੁਹਾਨੂੰ ਜਿਹੜਾ ਵਾਅਦਾ ਕੀਤਾ ਸੀ। ਸੋ ਇਹ 5-7 ਹਜ਼ਾਰ ਲੋਕਾਂ ਦਾ ਜਿਹੜਾ ਜ਼ਰੂਰ ਇਸ ਟਾਈਮ ਰੌਲਾ ਪੈ ਰਿਹਾ, ਕਿਉਂਕਿ ਇਕੱਠੇ ਹੋ ਕੇ ਆ ਰਹੇ ਆ ਰੋਜ਼ਾਨਾ ਹੀ ਕਈ ਜਿਹੜੇ ਆ, ਫਿਰ ਵੀ ਕਈ 100 ਲੋਕ ਜਿਹੜੇ ਰੋਜ਼ਾਨਾ ਹੀ ਬਾਰਡਰ ਜਿਹੜੇ ਉਹ ਟੱਪ ਰਹੇ ਨੇ, ਅਤੇ ਐਸੀ ਗੱਲ ਨਹੀਂ ਆ, ਇੱਥੇ ਉਹਨਾਂ ਦੇ ਕੇਸ ਵੀ ਜਿਹੜੇ ਉਹ ਲੱਗ ਰਹੇ ਨੇ, ਕਈਆਂ ਨੂੰ ਵਰਕ ਪਰਮਿਟ ਵੀ ਜਿਹੜੇ ਆ ਉਹ ਮਿਲਣੇ ਸ਼ੁਰੂ ਹੋ ਚੁੱਕੇ ਨੇ, ਬਹੁਤ ਕੁਛ ਜਿਹੜਾ ਆ ਇਹ ਨਾਲ ਦੇ ਨਾਲ ਜਿਹੜਾ ਆ ਉਹ ਚੱਲੀ ਜਾ ਰਿਹਾ ਆ। ਹਾਂ, ਆਪਣੇ ਵੋਟਰ ਬੇਸ ਨੂੰ ਆਪਣੇ ਨਾਲ ਰੱਖਣ ਦੇ ਲਈ ਦੋਨੋਂ ਹੀ ਪਾਰਟੀਆਂ ਜਿਹੜੇ ਆਪੋ ਆਪਣੀ ਜਿਹੜੀ ਗੱਲ ਆ ਉਸ ਤਰੀਕੇ ਦੇ ਨਾਲ ਕਰੀ ਜਾ ਰਹੇ ਆ। ਤੁਸੀਂ ਕਿਸੇ ਵੀ ਮੁਲਕ ਦੇ ਵਿੱਚ 100% ਗਰੰਟੀ ਦੇ ਨਾਲ ਜਾਂ 100% ਜਿਹੜਾ ਇਸ ਚੀਜ਼ ਨੂੰ ਰੋਕ ਨਹੀਂ ਸਕਦੇ। ਉਹਨਾਂ ਲੋਕਾਂ ਦਾ ਤੁਸੀਂ ਕਹਿੰਦੇ ਕੀ ਕਰੋਗੇ ਜਿਹੜੇ ਆਉਂਦੇ ਵਿਜ਼ਿਟਰ ਵੀਜ਼ੇ 'ਤੇ ਆ ਅਤੇ ਬਾਅਦ 'ਚ ਜਿਹੜੇ ਮੁੜ ਕੇ ਨਹੀਂ ਜਾਂਦੇ? ਇਹ ਬਾਰਡਰ ਟੱਪਣ ਵਾਲਿਆਂ ਦਾ ਨਾਂ ਜਿਹੜਾ ਜ਼ਰੂਰ ਬਦਨਾਮ ਜਿਹੜਾ ਉਹ ਜ਼ਿਆਦਾ ਹੁੰਦਾ ਆ, ਪਰ ਉਹ ਲੋਕ ਜਿਹੜੇ ਆ ਇਸ ਜਿਹੜੇ ਪੂਰੀ ਗੱਲ ਦੇ ਵਿੱਚੋਂ ਐਂ ਗੱਲ ਕਰਦੇ ਨੇ, ਗੱਲ ਨਿਕਲ ਜਾਂਦੇ ਜਿੱਦਾਂ ਦੁੱਧ ਧੋਤੇ ਹੁੰਦੇ ਆ। ਪਰ ਸਭ ਤੋਂ ਜ਼ਿਆਦਾ ਜਿਹੜਾ ਆਂਕੜਾ 11 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਵਿੱਚੋਂ ਕਹਿੰਦੇ ਜ਼ਿਆਦਾ ਪਰਸੈਂਟ ਜਿਹੜੇ ਲੋਕ ਉਹੀ ਨੇ ਜਿਹੜੇ ਆਏ ਇੱਥੇ ਲੀਗਲ ਤਰੀਕੇ ਦੇ ਨਾਲ ਸੀ, ਕਿਸੇ ਵੀਜ਼ੇ ਦੇ ਉੱਤੇ ਆਏ ਸੀ, ਪਰ ਮੁੜ ਕੇ ਵਾਪਸ ਜਿਹੜੇ ਅਮੈਰੀਕਾ 'ਚੋਂ ਗਏ ਨਹੀਂ। ਸੋ ਆਈ ਥਿੰਕ ਉਸ ਪਾਸੇ ਵੱਲ ਨੂੰ ਵੀ ਜਿਹੜਾ ਆ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਆ, ਇਕੱਲਾ ਬਾਰਡਰ ਵੱਲ ਹੀ ਜਿਹੜਾ ਉਹ ਜਿਹੜਾ ਜ਼ੋਰ ਆ ਉਹ ਨਾ ਲਾਈ ਜਾਣ ਜੀ। ਅਤੇ ਜਾਂਦੇ ਜਾਂਦੇ ਇੱਕ ਜਿਹੜੀ ਰਿਕੁਆਇਰਮੈਂਟ ਉਹ ਚੇਂਜ ਕਰਨ ਜਾ ਰਿਹਾ, ਇਮੀਗ੍ਰੇਸ਼ਨ ਵਾਲੇ ਬੇਸਿਕ ਰਿਕੁਆਇਰਮੈਂਟ ਟੂ ਗੈਟ ਗ੍ਰੀਨ ਕਾਰਡ ਉਹ ਚੇਂਜ ਹੋਈ ਹੈਗੀ ਆ। ਉਹਦੇ ਵਿੱਚ ਕਹਿੰਦੇ ਪਈ ਜਿਹੜੀ ਹੁਣ ਰਿਕੁਆਇਰ ਕੀਤਾ ਜਾਊਗਾ ਜਿਹੜਾ ਮੈਡੀਕਲ ਅਤੇ ਵੈਕਸੀਨੇਸ਼ਨ ਐਗਜ਼ਾਮੀਨੇਸ਼ਨ ਆ ਇਮੀਗ੍ਰੇਸ਼ਨ ਪਰਪਸ ਦੇ ਲਈ, ਉਹ ਬਿਲਕੁਲ ਜ਼ਰੂਰੀ ਹੋਊਗੀ ਤਾਂ ਕਿ ਕਿਸੇ ਦੇ ਕੋਲ ਕੋਈ ਪ੍ਰੀ ਐਗਜ਼ਿਸਟਿੰਗ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਹੈਲਥ ਇਸ਼ੂ ਤਾਂ ਨਹੀਂ। ਇਹ ਕਹਿੰਦੇ ਵੀ November 1 ਤੋਂ ਜਿਹੜਾ ਇਹ ਪੂਰੀ ਤਰ੍ਹਾਂ ਇਹ ਹਰਜੋਤ ਸਿੰਘ ਜੀ ਜਿਹਨੇ ਸਿਟੀਜ਼ਨ ਬਣਨਾ ਹੈ ਉਹਨਾਂ ਦੇ ਲਈ ਆ, ਜਿਹਨੇ ਗ੍ਰੀਨ ਕਾਰਡ ਵੀ ਅਪਲਾਈ ਕਰਨਾ, ਇਹਨਾਂ ਨੇ ਲਿਖਿਆ ਇਹ ਆ ਵੀ ਗ੍ਰੀਨ ਕਾਰਡ ਦੇ ਲਈ ਲਿਖਿਆ ਆ ਬੇਸਿਕ ਰਿਕੁਆਇਰਮੈਂਟ ਟੂ ਗੈਟ ਅ ਗ੍ਰੀਨ ਕਾਰਡ ਹੈ ਚੇਂਜਡ ਜੀ। ਸੋ ਉਹਦੇ ਵਿੱਚ ਇਹ ਆ ਵੀ ਆਲਰੇਡੀ ਵੀ ਵੈਸੇ ਮੈਂ ਦੇਖਿਆ ਵੀ ਜਿਹੜੇ ਵੀ ਗ੍ਰੀਨ ਕਾਰਡ ਦੇ ਲਈ ਜੇ ਕਿਸੇ ਨੇ ਅਪਲਾਈ ਵੀ ਕਰਨਾ ਉਹਨਾਂ ਨੂੰ ਇਹ ਆਪਣੇ ਰੈਕੋਰਡਸ ਤਾਂ ਜਿਹੜੇ ਉਹ ਦਿਖਾਉਣੇ ਮੈਡੀਕਲ ਦੇਣੇ ਪੈਂਦੇ, ਪਰ ਮੈਨੂੰ ਲੱਗਦਾ ਵੈਕਸੀਨੇਸ਼ਨ ਵਗੈਰਾ ਦਾ ਸ਼ਾਇਦ ਉਹ ਨਹੀਂ ਪੁੱਛਦੇ ਸੀਗੇ, ਪੁੱਛਦੇ ਸੀਗੇ ਜੀ ਬਿਲਕੁਲ। ਪਰ ਇਹ ਆਈ ਥਿੰਕ ਕਾਰਨ ਇਸ ਦੇ ਪਿੱਛੇ ਇਹ ਵੀ ਹੈਗਾ ਕਿਉਂਕਿ ਇਬੋਲਾ ਅੱਜ ਕੱਲ੍ਹ ਬਹੁਤ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਫੈਲੀ ਆ। ਇੱਕ ਚਲੋ ਤੁਸੀਂ ਵੈਕਸੀਨੇਸ਼ਨ ਦੀ ਗੱਲ ਕੀਤੀ, ਬਹੁਤ ਸਾਰੇ ਅਜਿਹੇ ਲੋਕ ਵੀ ਇਸ ਟਾਈਮ ਦੁਨੀਆ ਦੇ ਉੱਤੇ ਹੈਗੇ ਆ ਜਿਹੜੇ ਕਹਿੰਦੇ ਵੈਕਸੀਨੇਸ਼ਨ ਨਾ ਦਿਉ ਨਿਆਣਿਆਂ ਨੂੰ, ਉਹਦੇ ਨਾਲ ਜਿਹੜੀ ਆ ਖਰਾਬੀ ਜਿਹੜੀ ਆ ਉਹ ਬੱਚਿਆਂ ਦੇ ਉੱਤੇ ਹੁੰਦੀ ਆ, ਬਲਕਿ ਜਿਹੜੇ ਵੈਕਸੀਨੇਸ਼ਨ ਨਾ ਦੇਣ ਕਰਕੇ ਜਿਹੜੀ ਖਰਾਬੀ ਹੁੰਦੀ ਆ। ਮੀਜ਼ਲਸ ਦੇ ਇੰਨੇ ਕੁ ਜ਼ਿਆਦਾ ਇਸ ਟਾਈਮ ਹਰਜੋਤ ਸਿੰਘ ਜੀ ਪ੍ਰੋਬਲਮ ਯੂਰਪ ਦੇ ਵਿੱਚ ਜਿਹੜੀ ਵਧੀ ਹੋਈ ਆ, ਕਹਿੰਦੇ ਜੇ 5% ਲੋਕਾਂ ਨੇ ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨ ਨਾ ਦਿੱਤੀ ਤਾਂ ਇਹ ਮੀਜ਼ਲਸ ਜਿਹੜੀ ਇੱਕ ਟਾਈਮ ਦੇ ਉੱਤੇ ਦੁਨੀਆ ਤੋਂ ਇੱਕ ਹਿਸਾਬ ਨਾਲ ਖਾਤਮਾ ਜਿਹੜਾ ਹੋ ਚੁੱਕਾ ਸੀ ਮੁੜ ਕੇ ਜਿਹੜਾ ਆ ਉਹ ਸਿਰ ਪਨਪਾ ਰਹੀ ਆ। ਸੋ
ਪਲੀਜ਼ 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 ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨ ਜਿਹੜੀ ਆ ਉਹ ਸਮੇਂ ਸਿਰ ਦਿਓ ਜਿਹੜੀ ਚਾਹੀਦੀ ਆ, ਤਾਂ ਜੋ ਉਹਨਾਂ ਨੂੰ ਇਹ ਜਿਹੜੀਆਂ ਕਿਸੇ ਟਾਈਮ ਦੇ ਉੱਤੇ ਲਾ ਇਲਾਜ ਬਿਮਾਰੀਆਂ ਸੀ ਜਿਨ੍ਹਾਂ ਕਰਕੇ ਜਾਨ ਵੀ ਬੱਚਿਆਂ ਦੀ ਉਹ ਕਿਸੇ ਦੀ ਵੀ ਜਿਹੜੀ ਉਹ ਚਲੀ ਜਾਂਦੀ ਸੀਗੀ ਉਹ ਮੁੜ ਕੇ ਜਿਹੜੀਆਂ ਉਹ ਨਾ ਆ ਜਾਣ। ਸੋ ਪਲੀਜ਼ ਜਿਹੜੀਆਂ ਵੈਕਸੀਨੇਸ਼ਨ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਜ਼ਰੂਰ। ਨਾਲੇ ਅੱਜ ਕੱਲ੍ਹ ਤਾਂ ਜਿਹੜੇ ਟੀਕੇ ਆ ਪਤਾ ਹੀ ਨਹੀਂ ਲੱਗਦਾ ਜਦੋਂ ਟੀਕਾ ਲਾਉਂਦੇ ਆ, ਜਦੋਂ ਸਾਡੇ ਟੀਕੇ ਲੱਗਦੇ ਸੀ ਉਦੋਂ ਬੜੀਆਂ ਲੇਰਾਂ ਪੈ ਗਈਆਂ। ਬਿਲਕੁਲ ਬਹੁਤ ਫਰਕ ਪੈ ਚੁੱਕਾ ਆ ਹੁਣ ਤਕਨੀਕ ਦੇ ਵਿੱਚ ਵੀ ਸਾਰਾ ਕੁਝ ਜਿਹੜਾ ਉਹ ਫਰਕ। ਪਰ ਕਈ ਇੱਥੇ ਜੇ ਇਦਾਂ ਦੇ ਆ ਉਹ ਧਾਰਮਿਕ ਤੌਰ ਤੇ ਉਹ ਜਿਹੜੇ ਟੀਕੇ ਨਹੀਂ ਲਵਾਉਂਦੇ ਕਈ ਯੂਐਸਏ ਦੇ। ਆਈ ਥਿੰਕ ਉਹਨਾਂ ਨੂੰ ਇਸ ਚੀਜ਼ ਤੋਂ ਜਿਹੜਾ ਸਮਝਣ ਦੀ ਜ਼ਰੂਰਤ ਹੈਗੀ ਆ। ਬਹੁਤ ਸਾਰਾ ਜਿਹੜਾ ਉਸ ਚੀਜ਼ ਦੇ ਪ੍ਰਤੀ ਐਵੀਡੈਂਸ ਅਵੇਲੇਬਲ ਹੈਗਾ ਆ ਵੀ ਇਹ ਇਦਾਂ ਹੋਇਆ ਆ। ਕਈ ਵਾਰੀ ਇਹ ਗੱਲਾਂ ਸੁਣ ਕੇ ਫਿਰ ਬੰਦਾ ਸੋਚਦਾ ਵੀ ਯਾਰ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਜੀ। ਬਿਲਕੁਲ, ਤੇ ਜਾਂਦੇ ਜਾਂਦੇ ਦੱਸਦੀ ਜਾਈਏ, ਕਹਿੰਦੇ ਵੀ ਸੱਤਵਾਂ ਬੱਚਾ ਮਰ ਗਿਆ ਆ ਨਿਊ ਜਰਸੀ ਦੇ ਵਿੱਚ। ਇੱਕ ਰਿਹੈਬਲੀਏਸ਼ਨ ਸੈਂਟਰ ਦੇ ਵਿੱਚ ਇੱਕ ਵਾਇਰਲ ਆਊਟਬ੍ਰੇਕ ਹੋਈ ਹੈਗੀ ਆ ਅਤੇ 11 ਦੇ ਕਰੀਬ ਜਿਹੜੇ ਬੱਚੇ ਆ ਔਲਰੇਡੀ ਉਹ ਬਿਮਾਰ ਹੈਗੇ ਆ। ਇਹ ਸਟੇਟ ਡਿਪਾਰਟਮੈਂਟ ਜਿਹੜੀ ਹੈਲਥ ਹੈਗੀ ਆ ਵੈਨਕੁਆ ਸੈਂਟਰ ਜਿਹੜਾ ਨਰਸਿੰਗ ਐਂਡ ਰਿਹੈਬਲੀਏਸ਼ਨ ਸੈਂਟਰ ਹੈਸਕਲ ਦੇ ਪਸਾਇਕ ਕਾਉਂਟੀ ਦੇ ਵਿੱਚ ਹੈਗਾ ਆ ਨਿਊ ਜਰਸੀ 'ਚ, ਉੱਥੋਂ ਇਹ ਖਬਰ ਆ ਰਹੀ ਆ। ਜੀ ਜੀ, ਅਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦੋ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਇੰਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ।